सत श्रीकाल जी, तुसी देख रहे हो प्राइम एशिया टीवी। मैं परमजीत सिंह बाठ तुहाडा सारयां दा स्वागत करदा। संदीप नंगल अंबियां दा जिस तरीके कतल होया कबड्डी खिडारी दा, उहदे तों बाद समुच्चा जिहड़ा खेड जगत है उहदे विच सोग दी लहर है। बहुत सारे सवाल, बहुत सारियां चिंतावां, बहुत सारियां चुनौतियां दा ढेर जिहड़ा उह साडे तुहाडे सारयां दे सामने लगा कि आखिरकार उह घटना जिहदी किसी ने भी उम्मीद नहीं सी कीती उह वापर किवें गई। इस मुद्दे दे उत्ते चर्चा करांगे। प्रिंसीपल सरवण सिंह होरां दे नाल इस मुद्दे दे उत्ते आपां अज गल्लबात करनी है। तो प्रिंसीपल सरवण सिंह होरां दे बाबत दसण दी लोड़ तां नहीं, पर जिन्हां ने कबड्डी जां खेडां दे बाबत पंजाबी भाषा दे विच सब तों वध लिखिया, जिहड़े खेडां दे बाबत सब तों वध पंजाबी भाषा दे विच प्रकाशित होए छपे, जिन्हां ने कबड्डी खिडाई भी, कबड्डी सुनाई भी, कबड्डी विखाई भी, तो सब तो वड्डी गल है कि कबड्डी लिखाई भी, क्योंकि बहुत सारे जिहड़े नवें खेड लेखक सी उन्हां नूं थापड़ा दे के उन्होंने अगे भी तोरिया। शायद उम्र दा जिन्ना पेंडा प्रिंसीपल सरवण सिंह होरां ने कबड्डी खिडारियां, कबड्डी प्रबंधकां, कबड्डी प्रमोटरां, रैफरियां, लाइनमैनां दे नाल गुजारिया, उन्हां शायद होर किसी भी पंजाबी चिंतक दे हिस्से नहीं आया। प्रिंसीपल सरवण सिंह होरां दे नाल गलबात करदे हां। प्रिंसीपल, स्वागत है तुहाडा प्राइम एशिया टीवी ते जी। ਧੰਨਵਾਦ ਜੀ, ਮੇਰੇ ਵੱਲੋਂ ਪ੍ਰਾਈਮ ਏਸ਼ੀਆ ਦੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਭੇਸ਼ਾਵਾਂ। ਪ੍ਰਿੰਸੀਪਲ ਸਾਹਿਬ, ਚਰਚਾ ਤਾਂ ਕਿਸੇ ਹੋਰ ਵਿਸ਼ੇ ਦੇ ਉੱਤੇ ਕਰਨੀ ਚਾਹੀਦੀ ਸੀ, ਪਰ ਕਿਉਂਕਿ ਸੰਦੀਪ ਨੰਗਲ ਅੰਬੀਆਂ ਕਬੱਡੀ ਦਾ ਜਿਹੜਾ ਉਹ ਸਿਤਾਰਾ ਦੁਨੀਆ ਦੇ ਵਿੱਚ ਰਿਹਾ ਨਹੀਂ, ਲੋਕ ਹੈਰਾਨ ਨੇ, ਹੱਕੇ ਬੱਕੇ ਨੇ ਕਿ ਇਹ ਘਟਨਾ ਘਟ ਕੀ ਗਈ। ਮੈਂ ਸਭ ਤੋਂ ਪਹਿਲਾਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕ ਤਾਂ ਕਬੱਡੀ ਨੂੰ ਬਹੁਤ ਨੀਝ ਨਾਲ, ਗੌਹ ਨਾਲ ਤੱਕਦੇ ਨੇ, ਵੇਖਦੇ ਨੇ, ਉਹਨਾਂ ਨੂੰ ਪਤਾ ਕਿ ਸੰਦੀਪ ਕਿਵੇਂ ਖੇਡਦਾ ਸੀ, ਕਿੱਦਾਂ ਦਾ ਵਿਅਕਤੀ ਸੀ, ਕਿੱਦਾਂ ਦਾ ਖਿਡਾਰੀ ਸੀ, ਕਿੱਦਾਂ ਦਾ ਉਹ ਦੋਸਤ ਸੀ। ਤੁਸੀਂ ਕਿਉਂਕਿ ਉਹਨਾਂ ਦੇ ਨਾਲ ਰਹੇ ਹੋ, ਤੁਹਾਨੂੰ ਪਤਾ ਹੈ। ਮੈਂ ਤੁਹਾਡੇ ਤੋਂ ਪਹਿਲਾ ਸਵਾਲ ਇਹ ਪੁੱਛਣਾ ਚਾਹੁੰਦਾ ਕਿ ਸੰਦੀਪ ਨੰਗਲ ਅੰਬੀਆਂ ਖਿਡਾਰੀ ਕਿਹੋ ਜਿਹਾ ਸੀ, ਵਿਅਕਤੀ ਕਿਹੋ ਜਿਹਾ ਸੀ, ਤੁਹਾਡਾ ਆਪਣਾ ਤਜ਼ਰਬਾ ਕੀ ਕਹਿੰਦਾ ਜੀ? ਪਰਮਵੀਰ ਜੀ, ਸੰਦੀਪ ਨਾਂ ਦੇ ਕਈ ਖਿਡਾਰੀ ਨੇ ਔਰ ਬਹੁਤ ਨਾਮਵਰ ਖਿਡਾਰੀ, ਸੰਦੀਪ ਲੱਲੀਆਂ ਔਰ ਸੰਦੀਪ ਲੁੱਦੜ, ਇਹ ਸੰਦੀਪ ਨੰਗਲ ਅੰਬੀਆਂ, ਹੋਰ ਵੀ ਸੰਦੀਪ ਹੋਣਗੇ। ਤੋ ਇਹ ਜਿਹੜੇ ਖਿਡਾਰੀ ਕਬੱਡੀ ਦੇ ਨੇ, ਮੈਂ ਇਸ ਕਰਕੇ ਇਹਨਾਂ ਨੂੰ ਜਾਣਦਾ ਕਿ ਮੈਂ ਇਹਨਾਂ ਬਾਰੇ ਲਿਖਦਾ ਵੀ ਰਿਹਾ, ਇਹਨਾਂ ਬਾਰੇ ਬੋਲਦਾ ਵੀ ਰਿਹਾ, ਔਰ ਇਹਨਾਂ ਨੂੰ ਪੰਜਾਬ ਦੇ ਵਿੱਚ ਖੇਡਦਿਆਂ ਵੀ ਵੇਖਿਆ, ਇੰਗਲੈਂਡ 'ਚ ਵੀ ਵੇਖਿਆ, ਅਮਰੀਕਾ ਕਨੇਡਾ ਦੇ ਵਿੱਚ ਵੀ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਹੋ ਜਿਹਾ ਸਟਾਰ ਖਿਡਾਰੀ, ਨਾਮਵਰ ਖਿਡਾਰੀ, ਨੌਜਵਾਨ ਖਿਡਾਰੀ, ਉਸ ਦੀ ਬੜੇ ਗਲਤ ਸਮੇਂ ਜਦੋਂ ਕਿ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ, ਉਸ ਵੇਲੇ ਸਿਰ ਫਿਰਿਆਂ ਨੇ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਇਹ ਬੇਹੱਦ ਦੁਖਦਾਈ ਘਟਨਾ, ਔਰ ਜਦ ਵੀ ਮੈਨੂੰ ਇਸ ਗੱਲ ਦਾ ਪਤਾ ਲੱਗਿਆ, ਉਦੋਂ ਤੋਂ ਸਾਡਾ ਸਾਰਾ ਪਰਿਵਾਰ ਸੂਹ ਵਿੱਚ ਡੁੱਬਿਆ ਹੋਇਆ। ਕਾਫੀ ਦੇਰ ਤੱਕ ਮੈਂ ਸੋਚਦਾ ਰਿਹਾ ਕਿ ਕਬੱਡੀ ਦੇ ਨਾਲ ਅੱਧੀ ਸਦੀ ਤੋਂ ਵੱਧ ਜੁੜ ਕੇ ਕਿਹੋ ਜਿਹਾ ਕੁਛ ਅਸੀਂ ਦੇਖ ਰਹੇ ਹਾਂ। ਵਡੇਰੀ ਉਮਰ ਦੇ ਵਿੱਚ ਆ ਕੇ 80 ਸਾਲਾਂ ਨੂੰ ਟੱਪ ਕੇ ਕਿ ਕਬੱਡੀ ਦੇ ਟੂਰਨਾਮੈਂਟਾਂ ਦੇ ਵਿੱਚ ਕਿਹੋ ਜਿਹੇ ਭਾਣੇ ਵਰਤ ਰਹੇ। ਤੁਸੀਂ ਠੀਕ ਹੀ ਕਿਹਾ ਕਿ ਮੈਂ 1954-55 ਤੋਂ ਕਬੱਡੀ ਦੇ ਨਾਲ ਜੁੜਿਆ, ਜਦੋਂ ਮੈਂ 14-15 ਸਾਲਾਂ ਦਾ ਸੀ, ਜਦੋਂ ਮੈਂ ਮਾੜਾ ਮੋਟਾ ਖਿਡਾਰੀ ਸੀ ਅਤੇ ਫਿਰ ਦਰਸ਼ਕ ਬਣਿਆ। ਜਦੋਂ ਪਾਕਿਸਤਾਨ ਦੀ ਟੀਮ ਇੰਡੀਆ ਦੇ ਵਿੱਚ ਖੇਡਣ ਆਈ 1954-55 ਦੇ ਵਿੱਚ, ਇੱਧਰੋਂ ਫਿਰ ਉੱਧਰ ਗਈ, ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਟੂਰਨਾਮੈਂਟਾਂ ਦਾ ਦੌਰ ਚੱਲਿਆ। ਉਦੋਂ ਟੂਰਨਾਮੈਂਟ ਪਹਿਲਾਂ ਤਾਂ ਹਰ ਪਿੰਡ ਨਹੀਂ ਸੀ ਹੁੰਦੇ, ਸਾਡੇ ਪਿੰਡ ਵੀ ਉਸ ਤੋਂ ਬਾਅਦ 'ਚ ਹੋਣ ਲੱਗਿਆ, ਟੁੱਡੀ ਕੇ ਉਸ ਤੋਂ ਪਹਿਲਾਂ ਹੋਣ ਲੱਗ ਪਿਆ, ਫਿਰ ਟੁੱਡੀ ਕੇ 'ਤੇ ਸਾਡੇ ਪਿੰਡਾਂ ਦਾ ਜਿਹੜਾ ਇਲਾਕਾ, ਸ਼ਾਇਦ ਹੀ ਕੋਈ ਪਿੰਡ ਬਚਿਆ ਹੋਵੇ ਜਿੱਥੇ ਕਬੱਡੀ ਦਾ ਟੂਰਨਾਮੈਂਟ ਸ਼ੁਰੂ ਨਾ ਹੋਇਆ। ਔਰ ਜਿਵੇਂ ਕਿ ਤੁਸੀਂ ਆਪਣੀਆਂ ਲਿਖਤਾਂ ਦੇ ਵਿੱਚ ਵੀ ਕਿਹਾ ਹੋਇਆ, ਗੱਲਾਂ ਖੇਡ ਮੈਦਾਨ ਦੀਆਂ ਤੁਸੀਂ ਆਪਣੀ ਕਿਤਾਬ ਦੇ ਵਿੱਚ, ਕਿ ਵਾਕਈ ਪਨੀਰੀ ਆ ਜਿਹੜੀ, ਜਿਹਦੇ 'ਚ 35 ਕਿਲੋ ਵਾਲੇ, 40 ਵਾਲੇ, 45, 50, 55 ਵਾਲੇ, 62 ਵਾਲੇ, 65 ਵਾਲੇ,
ਉਹ ਜਿਹੜੇ ਹੁੰਦੜ ਹੇਲ ਬੱਚੇ ਸੀਗੇ ਉਹ ਕਬੱਡੀ ਖੇਡਦੇ ਸੀ ਔਰ ਲੋਕ ਉਹਨਾਂ ਨੂੰ ਦੇਖਦੇ ਸੀਗੇ, ਉਹਨਾਂ ਦੇ ਵਿੱਚੋਂ ਹੀ ਫਿਰ ਵੱਡੇ ਖਿਡਾਰੀ ਬਣਦੇ ਸੀ। ਔਰ ਫਿਰ ਉਦੋਂ ਬਾਅਦ ਕਬੱਡੀ ਦੇ ਖਿਡਾਰੀ ਕਿਵੇਂ ਦੇਸ਼ ਪ੍ਰਦੇਸ ਜਾਣ ਲੱਗੇ ਸਾਈਕਲਾਂ 'ਤੇ, ਔਰ ਉਸ ਤੋਂ ਬਾਅਦ ਟੈਂਪੂਆਂ 'ਤੇ ਚੜ੍ਹਦੇ, ਬੱਸਾਂ 'ਚ ਜਾਂਦੇ ਆਉਂਦੇ, ਫਿਰ ਉਸ ਤੋਂ ਬਾਅਦ ਉਹ ਹਵਾਈ ਜਹਾਜ਼ਾਂ ਦੇ ਸਵਾਰ ਹੋਏ। ਇਵੇਂ ਜਿਵੇਂ ਹੀ ਮੈਂ ਵੀ ਜਿਨ੍ਹਾਂ ਇਹਨਾਂ ਖਿਡਾਰੀਆਂ ਨੂੰ ਦੇਖਦਾ ਦੇਖਦਾ ਉਸ ਤੋਂ ਬਾਅਦ ਉਹਨਾਂ ਦੇ ਨਾਲ ਹੀ ਅੱਗੇ ਅੱਗੇ ਵੱਧਦਾ, ਦੇਸਾਂ ਪ੍ਰਦੇਸਾਂ ਦੇ ਵਿੱਚ ਕਬੱਡੀ ਦੀ ਕਮੈਂਟਰੀ ਕਰਨ ਗਿਆ। ਔਰ 2010 ਦੇ ਵਿੱਚ ਜਦੋਂ ਪਹਿਲਾ ਵਰਲਡ ਕਬੱਡੀ ਕੱਪ ਹੋਇਆ ਪੰਜਾਬ ਦੇ ਵਿੱਚ, ਉਸ ਵੇਲੇ ਸਰਦਾਰ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਸੀਗੇ ਜੀ, ਉਹ ਕਹਿੰਦੇ ਵੀ ਮੈਨੂੰ ਹਾਕੀ ਦਾ ਤਾਂ ਬਹੁਤ ਪਤਾ ਪਰ ਕਬੱਡੀ ਦਾ ਘੱਟ ਪਤਾ, ਕਬੱਡੀ ਦੇ ਬਾਰੇ ਤੁਸੀਂ ਮੈਨੂੰ ਨਾਲ ਸਹਿਯੋਗ ਦਿਓ। ਅਤੇ ਮੈਂ ਉਹਨਾਂ ਦਾ ਸਹਿਯੋਗੀ ਵੀ ਬਣਿਆ ਉਸ ਕੱਪ ਦੇ ਵਿੱਚ, ਔਰ ਉਹਨਾਂ ਨੇ ਮੈਨੂੰ ਕਮੈਂਟਰੀ ਕਰਨ ਵਾਲਿਆਂ ਦਾ ਕੋਆਰਡੀਨੇਟਰ ਵੀ ਬਣਾਇਆ। ਔਰ ਮੈਨੂੰ ਇਹ ਦੱਸਦਿਆਂ ਵੀ ਔਰ ਤੁਸੀਂ ਤੁਹਾਨੂੰ ਸੁਣਦਿਆਂ ਵੀ ਪਤਾ ਲੱਗੂਗਾ ਕਿ ਜਿਨ੍ਹਾਂ ਨੇ ਅੱਜ ਕੱਲ੍ਹ ਨੂੰ ਜਾਂ ਉੱਥੇ ਅੱਜ ਹੀ ਹੋ ਜਾਣਾ ਅਤੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕਲ ਕਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣੀ ਹੈ ਜੀ ਭਗਵੰਤ ਸਿੰਘ ਮਾਨ, ਉਹ ਉਦੋਂ 2010 ਦੀ ਸਾਡੀ ਕਮੈਂਟਰੀ ਟੀਮ ਦਾ ਮੈਂਬਰ ਸੀ, ਉਹਨੇ ਵੀ ਕਮੈਂਟਰੀ ਕੀਤੀ ਪਰ ਉਹਦੀ ਕਮੈਂਟਰੀ ਵੱਖਰੀ ਤਰ੍ਹਾਂ ਦੀ ਸੀ ਮੇਰੀ ਅਤੇ ਪ੍ਰੋਫੈਸਰ ਮੱਖਣ ਸਿੰਘ ਅਤੇ ਹੋਰ ਕਮੈਂਟੇਟਰਾਂ ਨਾਲ। ਪਰ ਉੱਥੇ ਹੀ ਪਹਿਲੀ ਵਾਰ ਮੈਂ ਨੰਗਲ ਅੰਬੀਆਂ ਦੇ ਸੰਦੀਪ ਨੂੰ ਖੇਡਦਿਆਂ ਵੇਖਿਆ ਜੀ, 6 ਫੁੱਟ ਦੇ ਕਰੀਬ ਕੱਦ, 6 ਫੁੱਟ ਤੋਂ ਇੰਚ ਉੱਪਰ ਹੀ ਹੋਏਗਾ ਘੱਟ ਨਹੀਂ, ਔਰ ਤਕਰੀਬਨ 90 ਔਰ 1 ਕੁਇੰਟਲ ਦੇ ਦਰਮਿਆਨ ਗੁੱਸਾ, ਬਾਅਦ ਦੇ ਵਿੱਚ ਤਾਂ ਉਸ ਤੋਂ ਵੀ ਤਕੜਾ ਹੋ ਗਿਆ। ਤੋ ਉਸਨੇ ਜਿਹੋ ਜਿਹੇ ਜੱਫੇ ਲਾਏ ਸਾਡਾ ਧਿਆਨ ਖਿੱਚਿਆ, ਕਮੈਂਟਰੀ ਕਰਦਿਆਂ ਸਾਨੂੰ ਵਾਰ ਵਾਰ ਇਹ ਕਹਿਣਾ ਪੈਂਦਾ ਰਿਹਾ ਪ੍ਰੋਫੈਸਰ ਮੱਖਣ ਸਿੰਘ ਨੂੰ ਕਿ ਵੀ ਆਹ ਸੰਦੀਪ ਨੰਗਲ ਅੰਬੀਆਂ ਨੇ ਆਹ ਲਾਤਾ ਜੱਫਾ, ਹੁਣ ਨਹੀਂ ਹਿੱਲ ਸਕਦਾ। ਔਰ ਮੈਂ ਹਿਸਾਬ ਕਿਤਾਬ ਵੀ ਰੱਖ ਰਿਹਾ ਸੀ ਅਤੇ ਉਸ ਵੇਲੇ ਨਾਲ ਕਮੈਂਟ ਵੀ ਕਰ ਰਿਹਾ ਸੀ ਅਤੇ ਗਿਣਤੀ ਕੀਤੀ ਤਾਂ ਉਸਨੇ ਉਸ ਕੱਪ ਦੇ 3 ਮੈਚਾਂ ਦੇ ਵਿੱਚ 40 ਕੋਸ਼ਿਸ਼ਾਂ ਕੀਤੀਆਂ ਫੜਨ ਦੀਆਂ ਔਰ 23 ਜੱਫੇ ਲਾਏ ਜੀ। ਔਰ ਉਸ ਤੋਂ ਬਾਅਦ ਅਸੀਂ ਮਿਲਦੇ ਗੱਲਾਂ ਬਾਤਾਂ ਕਰਦੇ, ਫਿਰ ਤਾਂ ਉਸ ਤੋਂ ਬਾਅਦ ਜਿੱਥੇ ਵੀ ਸੰਦੀਪ ਖੇਡਣ ਜਾਂਦਾ ਸੀ ਅਸੀਂ ਕਮੈਂਟਰੀ ਕਰਨ ਜਾਂਦੇ ਸੀ, ਲਾ ਉੱਧਰ ਇੰਗਲੈਂਡ ਤੋਂ ਲੈ ਕੇ, ਲਾ ਇੱਧਰ ਨਿਊਯਾਰਕ ਤੱਕ, ਲਾ ਕੈਲੀਫੋਰਨੀਆ ਤੱਕ, ਲਾ ਵੈਨਕੂਵਰ ਅਤੇ ਇੱਥੇ ਤੱਕ, ਔਰ ਫਿਰ ਹੋਟਲਾਂ ਦੇ ਵਿੱਚ ਜਿੱਥੇ ਕਿਤੇ ਰਹਿਣਾ ਉੱਥੇ ਇਹਨਾਂ ਨੂੰ ਬਾਤ ਕਰਦੇ ਰਹਿਣਾ, ਕਿਉਂਕਿ ਮੈਂ ਕਮੈਂਟਰੀ ਕਰਨ ਦੇ ਨਾਲ ਮੇਰਾ ਮੁੱਖ ਕੰਮ ਹੁੰਦਾ ਸੀ ਲਿਖਣਾ ਉਸ ਟੂਰਨਾਮੈਂਟ ਬਾਰੇ ਖਿਡਾਰੀਆਂ ਜੀ। ਤੋ ਜੋ ਤੁਸੀਂ ਪੁੱਛਿਆ ਕਿ ਕਿਹੋ ਜਿਹਾ ਸੀ, ਮੈਂ ਉਹਦੀ ਜਿਹੜੀ ਸ਼ਖਸੀਅਤ ਹੈ ਪਰਮਵੀਰ ਜੀ ਉਹਦੇ ਤੋਂ ਇਸ ਗੱਲੋਂ ਬੜਾ ਪ੍ਰਭਾਵ ਸੀ ਕਿ ਹੋਰ ਤਾਂ ਕਿਸੇ ਨਾ ਕਿਸੇ ਖਿਡਾਰੀ ਨੂੰ ਮੈਨੂੰ ਸਮਝਾਉਣਾ ਪੈਂਦਾ ਸੀ, ਦੱਸਣਾ ਪੈਂਦਾ ਸੀ ਉਹ ਕਾਕਾ ਐਂ ਨਹੀਂ ਕਰੀਦਾ, ਐਂ ਕਰੀਦਾ, ਐਂ ਬਿਹੇਵ ਕਰ, ਇਹਨੇ ਮੁਸਕਰਾ ਕੇ ਗੱਲ ਕਰਨੀ, ਬਹੁਤ ਹੀ ਨਰਮ ਸੁਭਾਅ ਦਾ, ਬਹੁਤ ਹੀ ਅਜੀਜ਼ ਕਿਸਮ ਦਾ ਖਿਡਾਰੀ ਮੈਨੂੰ ਦੇਖੇ ਮੈਨੂੰ ਉਹ ਮਿਲਣ ਦੇ ਵਿੱਚ ਲੱਗਿਆ। ਜਿੰਨੇ ਸਾਲ ਵੀ ਉਸਨੂੰ ਮੈਂ ਨੇੜੋਂ ਹੋ ਕੇ ਵੇਖਿਆ, ਖੇਡਦੇ ਨੂੰ ਵੇਖਿਆ ਜਾਂ ਉਂਝ ਵੀ ਜਿੱਥੇ ਕਿਤੇ ਰਹਿੰਦੇ ਸੀ ਇਕੱਠੇ ਜਾ ਕੇ ਹੋਟਲਾਂ ਦੇ ਵਿੱਚ ਉੱਤੇ ਦੇਖਿਆ, ਮੈਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ ਵੀ ਇਹ ਕਿਸੇ ਨਾਲ ਲੜ ਵੀ ਸਕਦਾ, ਕਿਸੇ ਨਾਲ ਖੈਬੜ ਵੀ ਸਕਦਾ, ਕਿਸੇ ਨਾਲ ਇਹਦਾ ਵੈਰ ਵਿਰੋਧ ਵੀ ਹੋ ਸਕਦਾ। ਤੋ ਇਹਦਾ ਮੈਂ ਤਾਂ ਆਪ ਹੈਰਾਨ ਹਾਂ ਕਿ ਵੀ ਇਹੋ ਜਿਹੇ ਚੰਗੇ ਖਿਡਾਰੀ ਨੂੰ ਇਹ ਜਿਸ ਕਿਸੇ ਨੇ ਵੀ ਮਾਰਿਆ ਕਿਸ ਕਾਰਨ ਮਾਰਿਆ, ਔਰ ਜਿਸ ਸਿਰਫਿਰੇ ਨੇ ਵੀ ਗੋਲੀਆਂ ਚਲਾਈਆਂ ਔਰ ਦਿਨ ਦਿਹਾੜੇ ਚਲਾਈਆਂ। ਇੱਕ ਤਾਂ ਸਾਡਾ ਜਿਹੜਾ ਸੁਰੱਖਿਆ ਪ੍ਰਬੰਧ ਹੈ ਉਹਦੇ ਵਿੱਚ ਬਹੁਤ ਕਮੀਆਂ ਨੇ ਜੀ, ਕਿ ਦੇਖੋ ਹਾਲੇ ਚਾਨਣ ਹੈਗਾ, ਸੂਰਜ 'ਚ ਹੈਗਾ ਚਾਨਣ, ਚਾਰ ਸਵੇਰੇ ਆ ਤੇ ਨਾ ਟੂਰਨਾਮੈਂਟ ਚੱਲ ਰਿਹਾ ਔਰ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਜੁੜੇ ਹੋਏ ਨੇ ਔਰ ਉਹ ਆਉਂਦੇ ਆ ਔਰ ਐਡੇ ਵੱਡੀ ਇਕੱਠ ਦੇ ਵਿੱਚ ਔਰ ਉਹ ਗੋਲੀਆਂ ਦੇ ਨਾਲ ਸੰਦੀਪ ਦੀ ਹੱਤਿਆ ਕਰਕੇ ਕਾਰ ਦੇ ਵਿੱਚ ਬੈਠ ਕੇ ਉਹ ਚਲੇ ਜਾਂਦੇ ਆ ਅਤੇ ਅਜੇ ਤੱਕ ਉਹ ਹੱਥ ਨਹੀਂ ਆਉਂਦੇ। ਤੋ ਇਹ ਜਿਹੜਾ ਹੈਗਾ ਨਾ ਇਹ ਬਹੁਤ ਹੀ ਮੈਂ ਸਮਝਦਾ ਕਿ ਸੋਚਾਂ 'ਚ ਪਾਉਣ ਵਾਲੀ ਇਹ ਦੁਰਘਟਨਾ ਹੈਗੀ ਆ।
और यह जी दुर्घटना होर भी बथेरिया हो रही हैं जी तो मैं क्योंकि कबड्डी के नाल जुड़िया होने करके मेरे बारे अक्सर जतेंद्र पन्नू जी होर भी क्या करते हैं कि भी कबड्डी बारे जिन्ना पता प्रिंसीपल सरवण सिंह है शायद ही कसूर पता ये उन्होंने मैं समझा कि उन्होंने मूहों उन्होंने जी मेरे बारे गल की हुई आ मैनू एक बहुत वड्डा मैं समझा कि उन्होंने यह इनाम ही बख्शा होया कि वह मैनू कबड्डी के बारे इन्ना एक्सपर्ट समझते जी तो जतेंद्र पन्नू जी होरे भी यह गल शायद कदे सुन तो मैं उदे बारे जो आर्टिकल लिखा है कबड्डी बारे कल ही जिदा उन्हें ना रखिया कि किस्सा कबड्डी का हशर खिडारियों का जी उदे बारे एक मेरी किताब भी लिखी हुई है कबड्डी के बारे च जी किस्सा कबड्डी का तो ये कबड्डी की खेड की महत्ता कबड्डी कितों कितने तक किमें चली इंग्लैंड किमें कनेडा किमें 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 वर्ल्ड कप बने किमें कितों कितने आए और किमें फिर ये चंकी पहला चंगे पास में चलती चलती किमें इन्हें मोड़ कट के एक गलत पक्ष एक भैड़ा पक्ष चुने जी तो वह जोड़ा भैड़ा पक्ष है वह सी कबड्डी के ड्रग का आना वह ड्रग आने के नाल जी कबड्डी है साड़ी जी सहज चाल एक चंगे पास में चलती जा रही थी इसने मोड़ ऐसा कटिया कि ये खिडारियों की मौत का कारण बन गया ये बेहद भैड़े जड़े वर्तारे वो आने शुरू हो गए जी और ये खिडारियों की आपस में ही और क्लबों की आपस में ही फैडरेशन की आपस में ही ईरखाबाजी एक दूजे को नीवा दिखाना एक दूजे तो अगे वध के दिखाना उहदे लई जायज नजायज तरीके हर तरह दी चीज़ इस तरह दी वरतणी है तो इहदा पता मैनूं लग्गिया परमवीर जी 2006 दे विच मैं विनीपैग दा टूरनामेंट उतार के जी हवाई जहाज़ दे विच टोरंटो नूं आ रहा सी और उस ही जहाज़ दे विच 5-6 खिडारी टोरंटो दे उह वी आ चढ़े उन्होंने दोस्तों मित्रों ने उन्होंने सेवा करके खुआ पिया कि उन्होंने तोड़िया से विदा किया उन्होंने देखा कि पिछे सीटा खाली पईआं ने जहाज दीआं तो पिछे जाके बह गए तो फिर जो उन्होंने मैं पहला सत श्री अकाल बुला के कोल जी लंघे फिर उन्होंने मन च आई भी आप प्रिंसीपल साहब हुणां नाल गल्लां कर लीए उन्होंने जो एक मुंडा आया वह कहिंदा भी सर जे तुसीं साडे कोले उत्थे आ जाओ तो आप गल्लां बातां करदे हां कबड्डी कबड्डी आ जांदा मैं पिछे बैठ के उन्होंने मैनू वो गल्लां सुनाईयां वो गल्लां दसियां कि वह मैनू कहन लगे प्रिंसीपल साहब तुसीं हरेक खिडारी की बहुत वड्याई कर जी पर थोनू दसदे हैं कि साडे विचों कुछ खिडारी ड्रग लैंदे है टीके ला के खेडदे मैं कहा है मैनू तो भी इस गल का पता नहीं वो फिर एक तो वह खुआ पिया के तुरे सी बड़ी खुशी दे विच उन्होंने मैनू यह गल दसनी शुरू की कि फलाना आ कुछ वरतदा फलाना आ कुछ वरतदा नाल मैनू कहिंदे भी रहे तुसीं लिखदे हो हर टूरनामेंट बारे लिखदे हो हर खिडारी बारे लिखदे हो हुण ये भी लिखो कि कबड्डी दे विच ड्रग आ गई आ फलाना खिडारी ड्रग लैंदा फलाना ऐं करदा फलाना ऐं करदा जी मैं कहा भी कोई नहीं मैं लिख दूंगा मैं भी लिख दूंगा कि मैनू फलाने ने दसिया वह कहिंदे साडा नां ना लिओ पर ऊ जे गल गलत हो बेशक साडा मूँह काला कर मैं कहा ठीक है मैं आके वड्डी क्लबां दे नाल गल कीती पुछा गिछा उन्होंने भी अंदर खाते कहा भी है थोड़ा थोड़ा कुछ हैगा तो मैं आर्टिकल लिखा कबड्डी नूं ड्रग दा जप्पा जी वो देश विदेश दे अखबारां छपिया तो उस तो बाद जिहड़े ड्रग लैण वाले खिडारी सी उन्होंने तो इस नूं बुरा मनाउणा ही सी कि साडा पोल खोलता इन्होंने जी जिहड़े क्लबां वाले सी उन्होंने मैनू बुलाना चलाना ही छड़ता उन्होंने तो कई ने ओके जी जिथे कि कमेंटरी लिए सादे सके ना उदू पहला वो सोचन लग पे तो कह लग पे बई प्रिंसीपल साहब हूँ कड़ा कमेंटरी करते तो सिक्ख्या देन लग पे अच्छा जी तो इन्हों तो सिक्ख्या आपू लैन की की लौड़ आ कमेंटरी आपको होर तो करवा लें मेरा कोई सुभाव ही यह मैं सच्ची गल कह दिता सीगा
ਜੇ ਕੋਈ ਜੀ ਖਿਡਾਰੀ ਮਿਸ ਵੀ ਅਵੀ ਕਰਦਾ ਸੀ ਨਾ ਗਰਾਊਂਡ ਦੇ ਵਿੱਚ ਉਸਦੇ ਵੀ ਖਿਲਾਫ, ਜੇ ਕੋਈ ਕਬੱਡੀ ਦਾ ਪ੍ਰਮੋਟਰ ਵੀ ਐਵੇਂ ਹੀ ਆ ਕੇ ਵਿੱਚ ਤੌਲੀਆ 'ਚ ਲੈ ਕੇ ਵੜ ਜਾਂਦਾ ਸੀ ਉਹਨੂੰ ਵੀ ਕਹਿਣਾ ਪੈਂਦਾ। ਤੋ ਇਸ ਤਰ੍ਹਾਂ ਖੇਡਾਂ ਬਾਰੇ ਮੈਂ, ਕਿਉਂਕਿ ਖੇਡਾਂ ਦੇ ਬਾਰੇ ਜਾਣਦਾ ਕਾਫੀ ਕੁਛ ਆ, ਬੜੀ ਦੇਰ ਤੋਂ ਜਾਣਦਾ, ਉਹ ਹਰ ਖੇਡ ਬਾਰੇ ਲਿਖਿਆ, ਓਲੰਪੀਅਨਸ ਬਾਰੇ ਲਿਖਿਆ, ਏਸ਼ੀਅਨ ਗੇਮਸ ਬਾਰੇ ਲਿਖਿਆ, 25-26 ਕਿਤਾਬਾਂ ਮੈਂ ਲਿਖ ਚੁੱਕਾ। ਤੋ ਮੈਂ ਜੀ ਚਾਹੁੰਦਾ ਸੀ ਕਿ ਮੇਰੇ ਮਨ ਦੇ ਵਿੱਚ ਕਿ ਜਿਹੜੀ ਇਹ ਖੇਡ ਹੈ ਨਾ ਕਬੱਡੀ, ਇਹ ਹਰ ਪੱਖੋਂ ਵਧੀਆ ਹੋਵੇ, ਡਿਸਿਪਲਿਨ ਹੋਵੇ, ਜਾਬਤੇ ਵਾਲੀ ਹੋਵੇ। ਤੋ ਉਸ ਤੋਂ ਬਾਅਦ ਹੋਇਆ ਕਿ ਜਦੋਂ ਮੈਂ ਕਿਹਾ ਤਾਂ ਕੁਛ ਤਾਂ ਮੈਨੂੰ ਸੁਣਾਉਣ ਲੱਗੇ ਅਤੇ ਕੁਛ ਮੈਨੂੰ ਨਿੰਦਣ ਵੀ ਲੱਗੇ, ਜੀ ਅਤੇ ਕੁਛ ਤਾਂ ਇੱਥੋਂ ਤੱਕ ਕਹਿਣ ਤੱਕ ਗਏ ਕਿ ਵੀ ਤੁਸੀਂ ਕਬੱਡੀ ਦੇ ਚੰਗੇ ਪ੍ਰਮੋਟਰ ਹੋ, ਚੰਗੇ ਸਮਰਥਕ ਹੋ, ਤੁਸੀਂ ਤਾਂ ਕਬੱਡੀ ਦਾ ਹੀ ਭਾਂਡਾ ਭੰਨੀ ਜਾਂਦੇ ਹੋ, ਜਿਹੜੀ ਥਾਲੀ 'ਚੋਂ ਖਾਂਦੇ ਹੋ ਉਸੇ 'ਚ ਹੀ ਛੇਕ ਕਰਦੇ ਹੋ। ਤੋ ਇਹੋ ਜਿਹੀਆਂ ਵੀ ਚੁਣੌਤੀਆਂ ਮੈਨੂੰ ਆਈਆਂ, ਸੁਣਨ ਨੂੰ ਮਿਲੀਆਂ, ਔਰ ਉਸ ਤੋਂ ਬਾਅਦ ਪਰ ਮੈਂ ਹਟਿਆ ਨੀਗਾ, ਜੀ ਨਾ ਬੋਲਣੋਂ ਹਟਿਆ ਨਾ ਲਿਖਣੋਂ ਹਟਿਆ। ਵਾਰ ਵਾਰ ਇਹਦੇ ਵਿੱਚ ਵੀ ਕਬੱਡੀ ਨੂੰ ਡਰੱਗ ਦਾ ਜੱਫਾ, ਕਬੱਡੀ ਨੂੰ ਡਰੱਗ ਦਾ ਕੋੜ, ਕਬੱਡੀ ਨੂੰ ਡਰੱਗ ਦਾ ਡੰਗ, ਉਹ ਕਬੱਡੀ ਜਿਹੜੀ ਹੈਗੀ ਆ ਨਾ ਹੁਣ ਉਹ ਪਹੁੰਚ ਗਈ ਆ ਕਬੱਡੀ। ਅਸਲ ਵਿੱਚ ਹੋਇਆ ਕੀ ਹੈ ਕਿ ਜਦੋਂ ਡਰੱਗ ਆਈ ਅਤੇ ਖਿਡਾਰੀ ਜਿਹੜੇ ਕਹਿੰਦੇ ਸੀ ਨਾ ਵੀ ਹੁਣ ਮੈਂ ਟੀਕਾ ਲਵਾ ਲਿਆ ਘੋੜਿਆਂ ਨੂੰ ਭਜਾਉਣ ਵਾਲਾ, ਅਤੇ ਹੁਣ ਮੇਰੇ 'ਚ ਵੀ ਘੋੜੇ ਜਿੰਨੀ ਤਾਕਤ ਹੋ ਗਈ, ਉਹ ਖੇਡਣ ਵਿੱਚ ਪਸ਼ੂ ਵਾਂਗੂ ਲੱਗੇ ਜੀ ਢੁੱਡਾ ਮਾਰ ਮਾਰ ਕੇ। ਔਰ ਜਿਹੜੇ ਖਿਡਾਰੀ ਖਰੇ ਸੀ, ਡਰੱਗ ਨਹੀਂ ਸੀ ਲੈਂਦੇ, ਉਹ ਕਹਿਣ ਲੱਗ ਪਏ ਵੀ ਅਸੀਂ ਇਹਨਾਂ ਨਾਲ ਖੇਡਣਾ ਅਤੇ ਹੁਣ ਸਾਨੂੰ ਵੀ ਇਹੋ ਜਿਹੇ ਬਣਨਾ ਪੈਣਾ। ਮੈਂ ਜਿਸ ਵੇਲੇ ਨਿੰਦਾ ਸੀ, ਭੰਡਦਾ ਸੀ ਲਿਖ ਕੇ ਬੋਲ ਕੇ, ਤਾਂ ਉਹ ਖਿਡਾਰੀ ਜਿਹੜੇ ਡਰੱਗ ਨਹੀਂ ਸੀ ਲੈਂਦੇ ਉਹ ਕਹਿੰਦੇ ਸੀਗੇ ਇਹ ਪ੍ਰਿੰਸੀਪਲ ਸਾਹਿਬ ਤੁਸੀਂ ਇਹ ਤਾਂ ਸਾਨੂੰ ਤਾਂ ਭੰਡੀ ਜਾਂਦੇ ਹੋ ਸਾਰਿਆਂ ਨੂੰ, ਜੀ ਅਸੀਂ ਤਾਂ ਇਹਦੇ ਨੇੜੇ ਵੀ ਨਹੀਂ ਗਏ, ਕਹਿੰਦੇ ਬਿਹਾਰੀ ਪੁੜੀ ਵਰਗੇ, ਮੈਂ ਤਾਂ ਗੁਆਂਢੀ ਇੱਥੇ ਟੋਰਾਂਟੋ ਦੇ ਵਿੱਚ ਵੀ ਨੇੜੇ ਵੀ ਨਹੀਂ ਗਏ, ਪਰ ਜਿਹੜੇ ਖਰੇ ਖਿਡਾਰੀ ਆ ਉਹਨਾਂ ਦੇ ਹੱਕ 'ਚ ਬੋਲੋ। ਮੈਂ ਕਿਹਾ ਮੈਂ ਉਹਨਾਂ ਦੇ ਹੱਕ 'ਚ ਬੋਲਦਾ, ਖਰੇ ਖਿਡਾਰੀਆਂ ਦੇ ਹੱਕ 'ਚ ਹੀ ਬੋਲਦਾ, ਖਰੇ ਪ੍ਰਮੋਟਰਾਂ ਦੇ ਹੱਕ 'ਚ ਬੋਲਦਾ, ਪਰ ਜਿਹੜੇ ਡਰੱਗ ਸਪਲਾਈ ਕਰਦੇ ਆ, ਜਿਹੜੇ ਪ੍ਰਮੋਟਰ ਵੀ ਸਪਲਾਈ ਕਰਦੇ ਆ, ਇੱਥੇ ਇੱਕ ਮੈਨੂੰ ਸੱਜਣ ਮਿਲਿਆ, ਉਹ ਕਹਿੰਦਾ ਸਾਡੇ ਖਰਚੇ ਨਹੀਂ ਮਾਣ, ਅਸੀਂ ਆ ਇੰਨਾ ਦਾ ਇਨਾਮ ਦੇਣਾ ਹੁੰਦਾ, ਇੰਨੇ ਕਰਨਾ ਹੁੰਦਾ, ਫਲਾਨਾ ਕਰਨਾ ਹੁੰਦਾ, 20,000 ਦੀ ਤਾਂ ਕਹਿੰਦਾ ਸਾਡੀ ਡਰੱਗ ਹੀ ਲੱਗ ਜਾਂਦੀ ਹੈ। ਕੀ ਬਾਤ ਹੈ, $20,000 ਦੀ? ਹਾਂ, ਉਹ ਠੀਕ ਹੈ ਤੁਸੀਂ ਜੀ। ਦੇਖੋ ਬਈ ਇਹ ਇਹ ਜਿਹਾ ਹਾਲ ਹੋ ਗਿਆ ਜਦੋਂ, ਉਹਦੇ ਵਿੱਚ ਕੀ ਹੋਇਆ ਕਿ ਉਹਦੇ ਵਿੱਚ ਜਦੋਂ ਨਸ਼ਾ ਬੜਿਆ ਨਾ, ਇਹਦੀ ਸਿੰਥੈਟਿਕ ਡਰੱਗਾਂ ਨੇ ਜਿਹਨੂੰ ਚਿੱਟਾ ਕਹਿੰਦੇ ਆ ਜੀ, ਇਹ ਇਹ ਚੀਜ਼ ਜਿਹੜੀ ਹੈਗੀ ਆ ਬਹੁਤ ਸਸਤੀ ਜੀ ਆ, ਪਰ ਇਹਦੇ ਮਗਰ ਪੈਸਾ ਬਹੁਤ, ਪੈਸਾ ਤਾਂ ਇਹ ਨਹੀਂ ਵੀ ਤੁਸੀਂ 100,000 ਜਾਂ ਲੱਖ ਕਰੋੜਾਂ ਅਰਬਾਂ ਦਾ, ਔਰ ਉਹ ਪੈ ਕੇ ਮਗਰ ਉਹਨਾਂ ਨੇ ਕੀ ਕਰ ਦਿੱਤਾ ਪੰਜਾਬ ਦਾ, ਕਿੰਨੀ ਨੌਜਵਾਨੀ ਨੂੰ ਖਾ ਗਿਆ ਉਹ ਚਿੱਟਾ ਸਿੰਥੈਟਿਕ, ਕਿੰਨੀ ਸਾਡੀ ਕਬੱਡੀ ਦੀ ਜਵਾਨੀ ਨੂੰ ਖਾ ਗਿਆ। ਔਰ ਉਹਦੇ ਵਿੱਚ ਜਦੋਂ ਪੈਸਾ ਆ ਜਾਂਦਾ ਨਾ, ਜਿਹਨਾਂ ਦੇ ਹੱਥ ਦੇ ਵਿੱਚ ਸੌਖਾ ਪੈਸਾ ਆ ਜਾਂਦਾ, ਇਹ ਡਰੱਗ ਦੇ ਥਾਣੀ, ਇਹਦੀ ਸਮਗਲਿੰਗ ਥਾਣੀ, ਉਹਦੇ ਨਾਲ ਕੀ ਹੁੰਦਾ ਫਿਰ ਉਹ ਫਿਰ ਸਮਝਦੇ ਕੁਛ ਨਹੀਂ ਪੈਸੇ ਨੂੰ, ਉਹ ਕਹਿੰਦਾ ਹੈਗਾ ਲਾ ਦਿਓ ਇੱਥੇ ਯਾਰ, ਲੱਖ ਲਾ ਦਿਓ ਇੱਕ ਪੁਆਇੰਟ 'ਤੇ, ਲਾ ਦਿਓ 2 ਲੱਖ, ਲਾ ਦਿਓ 5 ਲੱਖ, ਲਾ ਦਿਓ ਫਲਾਨੇ ਨੂੰ ਕਾਰ ਦੇ ਦਿਓ, ਫਲਾਨੇ ਨੂੰ ਉਹ ਕਰ ਦਿਓ, ਇਹ ਕਰ ਦਿਓ। ਹੁਣ 5-10 ਲੱਖ ਤੋਂ ਘੱਟ ਤਾਂ ਕੋਈ ਟੂਰਨਾਮੈਂਟ ਹੀ ਨਹੀਂ ਕਰਾਉਂਦਾ ਜੀ, ਔਰ ਕਈ ਤਾਂ 50-50 ਲੱਖ ਤੱਕ ਵੀ ਜਾਂਦੇ। ਠੀਕ ਹੈ ਕਈਆਂ ਦੇ ਕੋਲ ਹੱਕ ਸੱਚ ਦੀ ਕਮਾਈ ਹੈ, ਪਰ ਜਿਹੜੀ 2 ਨੰਬਰ ਦੀ ਕਮਾਈ ਆ ਨਾ ਜਿਹੜੀ, ਉਹਨੇ ਆ ਕੇ ਕਬੱਡੀ ਦਾ ਨਾਸ ਪੁੱਟ ਕੇ ਰੱਖ ਜੀ। ਤੋ ਮੈਂ ਇਹਦੀਆਂ ਜੜ੍ਹਾਂ 'ਚ ਜਾਣਾ, ਜਦੋਂ ਇਹ ਕਾਬੂ ਕਰਨੇ ਨਾ ਕਾਤਲ ਜੀ, ਇਹਦੇ ਪਿੱਛੇ ਜਦੋਂ ਪੂਰੀ ਖੋਜ ਹੋਣੀ ਚਾਹੀਦੀ ਆ, ਪੂਰਾ ਅਧਿਐਨ ਹੋਣਾ ਚਾਹੀਦਾ ਕਿ ਇਹਦੀਆਂ ਜੜ੍ਹਾਂ ਕਿੱਥੇ ਨੇ, ਕਿੱਥੋਂ ਇਹ ਕਬੱਡੀ ਨੂੰ ਖੋਰਾ ਲੱਗ ਰਿਹਾ, ਔਰ ਕਿਹਦੇ ਨਾਲ ਜਿਹੜੀ ਕਬੱਡੀ ਹੈ ਇਹ ਗਲਤ ਪਾਸੇ ਨੂੰ ਪਈ ਹੈ। ਤੋ ਮੈਂ ਸਮਝਦਾ ਹਾਂ ਕਿ ਕਬੱਡੀ ਨੂੰ ਡਰੱਗ ਦਾ ਜੱਫਾ ਜਿਹੜਾ ਹੈਗਾ ਨਾ, ਕਿ ਵੱਧਦਾ ਵੱਧਦਾ ਕੋੜ ਬਣ ਗਿਆ, ਕੋੜ ਬਣਦਾ ਬਣਦਾ ਇਹ ਗੋਲੀਆਂ ਦੇ ਵਿੱਚ ਢਲ ਕੇ ਇਹ ਹੱਤਿਆਵਾਂ ਬਣ ਰਿਹਾ, ਇਹ ਕਤਲ ਬਣ ਰਿਹਾ। ਤੋ ਇਹ ਮੇਰੀ ਖੋਜ ਆ, ਮੇਰੀ ਇਸ ਪਾਸੇ ਨੂੰ ਜਾ ਰਹੀ, ਔਰ ਇਸੇ ਕਰਕੇ ਹੀ। ਹਾਂਜੀ ਪ੍ਰਿੰਸੀਪਲ ਸਾਹਿਬ, ਮੈਂ ਇੱਕ ਗੱਲ ਜ਼ਰੂਰ ਇੱਥੇ ਜਿਹੜੀ ਉਹ ਕਹਿਣੀ ਚਾਹੁੰਦਾ ਕਿ ਜਿਹੜਾ ਚੰਗਾ ਖਿਡਾਰੀ ਹੈ, ਚੰਗਾ ਪ੍ਰਮੋਟਰ ਹੈ, ਉਹਨੂੰ ਅਸੀਂ ਸਲਿਊਟ ਕਰਦੇ ਹਾਂ, ਅਤੇ ਅਸੀਂ ਨਹੀਂ ਕਹਿੰਦੇ ਕਿ ਭਾਈ ਹਰ ਇੱਕ ਬੰਦਾ ਜਿਹੜਾ ਉਹ ਮਾੜਾ, ਹਰ ਇੱਕ ਖਿਡਾਰੀ ਮਾੜਾ, ਚੰਗੇ ਜਿਹੜੇ ਆ ਉਹ ਹਮੇਸ਼ਾ ਰਹੇ ਆ। ਮੈਂ ਪ੍ਰਿੰਸੀਪਲ ਸਾਹਿਬ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਤੁਸੀਂ 2006 ਦੀ ਗੱਲ ਕੀਤੀ ਕਿ ਉਹਦੇ ਤੋਂ ਬਾਅਦ ਹੌਲੀ ਹੌਲੀ ਕੰਮ ਸ਼ੁਰੂ ਹੋਇਆ, 2006 ਤੋਂ 22 ਤੱਕ ਆਉਂਦਿਆਂ ਇਹ ਜਿਹੜਾ 16 ਸਾਲ ਦਾ ਸਮਾਂ, ਇਹਦੇ ਵਿੱਚ ਚੰਗੇ ਖਿਡਾਰੀ, ਚੰਗੇ ਪ੍ਰਬੰਧਕ, ਚੰਗੇ ਪ੍ਰਮੋਟਰ, ਉਹ ਵੀ ਬੰਦੇ ਨਾਲੋਂ ਨਾਲ ਸਾਹ ਲੈਂਦੇ ਸੰਘਰਸ਼ ਕਰਦੇ ਰਹੇ ਹੋਣੇ ਜਿੱਦਾਂ ਤੁਸੀਂ ਸੰਘਰਸ਼ ਕਰਦੇ ਰਹੇ ਹੋ? ਉਹ ਸਗੋਂ ਬਹੁ ਗਿਣਤੀ 'ਚ ਨੇ,
जी चंगे प्रमोटर, चंगे खिडारी, चंगे बुलारे, लेखक, वो उन्होंने जिहड़े जिन्हें चंगयाई कमाउणी, चंगयाई कमाउंदे आ। जी जिहड़े जिन्हें जिहड़े बदी वाले पासे पए, बुराई वाले पासे पए, वो बुराई वाले पासे ही चलते रहे। जी ये नहीं कि चंगयाई नहीं, मैं उन्होंने सल्यूट करदा जिहड़े हक सच की कमाई करके उहदे विचों भी तिल फुल कढ के टूरनामेंट करवाउंदे ने, खेडां दे लई खेलाउंदे। खेड एक बहुत खूबसूरत सरगर्मी है, सेहतमंद मनोरंजन करती है, ये शरीर बनते ने, खिडारी डिसिपलिन च ढलते ने, और खिडारी वधिया इंसान बन के अगे समाज में वधिया योगदान देंगे। ये भी गल्लां हैगियां ने, इहदे च कोई शक वाली जी गल नहीं। पर जिवें कहिंदे आ कि कणक दे विच जिहड़ी कांगेरी हुंदी है ना, वो हुण हरेक थां ते है, वो खेडां च भी आ गई है। जी जिथे मैं कहा कि 2 नंबर का पैसा आता, जिथे सिंथेटिक ड्रग्गा आउंदियां, जिथे वह पैसा आता, वह पैसा कई बारी खिडारियों को खराब भी करता। मैं इस गल के हक च रहा कि कबड्डी खिडारियों का उचित मान सम्मान किया जी जाए, पर इस गल के कभी भी हक च नहीं कि अनुचित किया जाए। हुण असीं की देखते हैं, एक खिडारी नूं कई वारी 5-5, 7-7 कारां, 10-10 मोटरसाइकिल, ये किधरली प्रमोशन हैगी, किहड़ा इह पासा है। नवें खिडारी जिहड़े हैगे आ उहनां वल ध्यान ही बिल्कुल नहीं, पनीरी वल ध्यान ही बिल्कुल नहीं। जिहड़े एक वारी स्टार खिडारी बन गए, वह 20 या 30 या 40 या 50, उहनां नूं ही वार वार एक एक जफ्फे ते जी, पहला इनाम थोड़े थोड़े होंदे से, इत्थों टोरंटो तों शुरू होया, इत्थे 3 जफ्फ्यां दा 1 लख रुपया दे दित्ता। उदू बाद फिर यह 10 लख लाता किसी ने, पर उत्थे 10 लख नहीं जितया गया। हुण जी तां उत्थे आम जी गल है जी, एक जफ्फे दे 1 लख, एक जफ्फे दा 2 लख। वो कारां यार, जीपां, ट्रैक्टर, गल ट्रालियां तक, गन्ना गल अपना तुसीं कह लो कंबाइना तक चले गई। तो ये जिहड़ी हैगी है ना, पैसा जिहड़ा हैगा ये भी उन्ना ही ठीक आ जिन्ना उचित होवे। जी अनुचित जिहड़ा पैसा हैगा, कहिंदे आ भी जिन्ना गुड़ पाओगे उन्ना मिठा होगा, एक कहावत आपणी। जेकर गुड़ हिसाब किताब दा पावांगे तदी मिठा होगा ना, ठीक जी तदी ठीक जी चाह बनूगी, तदी ठीक कोई होर चीज़ कड़ाह प्रसाद बनावांगे, खीर बनावांगे। जे जी निराई मिठा पा देंगे तो सब कुछ ही खराब हो जाऊगा। तो फिर जे तो निरे चाणी बन पैसे ही जूगी। सिटांगे, जे जी डोल देंगे, तो फिर सब कुछ ही खराब होगा। बिल्कुल ठीक ठीक है है सर। किसी नूं 1000 नाम दो, जी प्रिंसिपल साहब, मैं दो किसी चीज़ां नूं, थोड़े तो बराबर करके पुछनियां। पहली गल, हाँ तुसीं 2010 दे विच संदीप दा जिक्र कीता, इस 12 साल दे सफ़र दे विच ਤੁਸੀਂ ਕੀ ਤੱਕਦੇ ਰਹੇ ਕਿ ਉਹਦੀ ਖੇਡ ਦਾ ਪੱਧਰ ਕਿਹੋ ਜਿਹਾ ਰਿਹਾ? ਦੂਸਰੀ ਗੱਲ, ਕਬੱਡੀ ਨੂੰ ਮੌਜੂਦਾ ਸਮੇਂ 2022 ਦੇ ਮਾਰਚ ਮਹੀਨੇ ਕਿੱਥੇ ਦੇਖਦੇ ਹੋ, ਕਿੱਧਰਲੇ ਪਾਸੇ ਨੂੰ ਲੈ ਕੇ ਜਾਣ ਦੀ ਲੋੜ ਹੈ ਉਹ ਜ਼ਰੂਰ ਦੱਸਿਓ। ਕਬੱਡੀ ਦੇ ਅੰਦਰ ਨਾ ਕੋਈ ਐਸੀ ਨਾ ਕਿਸੇ ਦੀ ਵੀ ਖਾਹਿਸ਼ ਹੋਵੇ ਕਿ ਇਹਦੇ ਰਾਹੀਂ ਉਹਦਾ ਕੋਈ ਵੈਸਟ ਇੰਟਰਸਟ ਹੋਵੇ। ਮੈਂ ਵਰਲਡ ਕਬੱਡੀ ਕੱਪ ਦੇ ਵਿੱਚ ਵੇਖਿਆ ਕਿ ਉਹਦੇ ਵਿੱਚ ਸਿਆਸਤ ਵੀ ਸੀ, ਅਤੇ ਮੈਂ ਉਹਦੇ ਬਾਰੇ ਲਿਖਿਆ ਵੀ ਹੈ। ਕਬੱਡੀ ਵਰਲਡ ਕੱਪ ਸ਼ੁਰੂ ਕਰਨ ਵਾਲੇ, ਜੇ ਕਹੀਏ ਨਾ ਕਿ ਇਕੱਲੀ ਕਬੱਡੀ ਦੀ ਪ੍ਰਮੋਸ਼ਨ ਵਾਸਤੇ ਉਹਨਾਂ ਨੇ ਇਹ ਸ਼ੁਰੂ ਕੀਤਾ, ਇਹ ਇੱਕ ਪੱਖ ਸੀਗਾ। ਪਰ ਕਬੱਡੀ ਰਾਹੀਂ ਜੋੜ ਮੇਲੇ ਲਾ ਕੇ ਜੋ ਸਿਆਸਤ ਉਹਦੇ ਵਿੱਚ ਦੀ ਕਰਨੀ ਸੀਗੀ, ਉਹ ਦੂਜੀ ਗੱਲ ਆ। ਆਹ ਕਿਤਾਬ ਹੈਗੀ ਆ ਜੀ ਅੱਖੀਂ ਡਿੱਠਾ ਕਬੱਡੀ ਵਰਲਡ ਕੱਪ, ਜੀ ਇਹ ਬਿਲਕੁਲ ਨੇੜਿਓਂ ਕਰੀਬ ਹੋ ਕੇ ਸਭ ਕੁਝ, ਨਿੱਕੀਆਂ ਨਿੱਕੀਆਂ ਗੱਲਾਂ ਇਹਦਾ ਸਾਰਾ ਕੁਝ ਮੈਨੂੰ ਪਤਾ, ਉਸ ਤੋਂ ਬਾਅਦ ਦੇ ਕੱਪ ਵੀ ਪਤਾ। ਤੋ ਮੈਂ ਸਮਝਦਾ ਕਿ ਕਈ ਪ੍ਰਮੋਟਰ ਜਿਹੜੇ ਹੈਗੇ ਆ ਨਾ, ਸੋ ਕਾਲਡ ਪ੍ਰਮੋਟਰ ਵੀ ਹੈਗੇ ਆ, ਜਿਹੜੇ ਉਹਦੇ ਵਿੱਚ ਦੀ ਆਪਣੀ, ਆਪਣੇ ਬਿਜ਼ਨਸ ਦੀ, ਆਪਣੇ 2 ਨੰਬਰ ਦੇ ਧੰਦੇ ਦੀ ਮਸ਼ਹੂਰੀ ਵੀ ਕਰਵਾਉਣਾ ਚਾਹੁੰਦੇ ਸੀ ਕਬੱਡੀ ਦੇ ਖਿਲਾਫ। ਔਰ ਇਹੀ ਕਈ ਵਾਰੀ ਸਿਆਸਤਦਾਨ ਜਿਹੜੇ ਹੈਗੇ ਨੇ, ਉਹ ਕਬੱਡੀ ਰਾਹੀਂ ਆਪਦੀ ਮਸ਼ਹੂਰੀ, ਕਬੱਡੀ ਰਾਹੀਂ ਮੂਵਮੈਂਟ ਸਥਾਪਿਤ ਕਰਨਾ, ਉਹਨੂੰ ਖਿੱਚਣਾ, ਔਰ ਕਬੱਡੀ ਰਾਹੀਂ ਐਸਾ ਪ੍ਰਚਾਰ ਕਰਨਾ ਕਿ ਸਾਰੇ ਜਾਣਦੇ ਹੁੰਦੇ ਆ ਕਿ ਜਿਸ ਵੇਲੇ ਇੱਕ ਪਾਸੇ ਖੜੀ ਹੋਵੇ ਟੀਮ ਪਾਕਿਸਤਾਨ ਦੀ, ਇੱਕ ਪਾਸੇ ਖੜੀ ਹੋਵੇ ਇੰਡੀਆ ਦੀ, ਉਹਨਾਂ ਦਾ ਮੈਚ ਸ਼ੁਰੂ ਹੋਣਾ ਹੋਵੇ, ਮੇਰੇ ਵਰਗੇ ਦੇ ਹੱਥ ਦੇ ਵਿੱਚ ਮਾਈਕ ਹੋਵੇ ਅਤੇ ਕਹਿ ਰਿਹਾ ਹੋਵੇ ਕਿ ਹੁਣ ਤੁਸੀਂ ਦੇਖੋ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਜਵਾਨਾਂ ਦੀਆਂ ਆਪਸ ਵਿੱਚ ਪਕੜਾਂ, ਉਹਨਾਂ ਦੇ ਧਾਵੇ, ਅਤੇ ਉਹ ਕਿਸ ਤਰ੍ਹਾਂ
ਦੀਆਂ ਕਬੱਡੀਆਂ ਤੁਹਾਨੂੰ ਦਿਖਾਉਣਗੇ, ਇੱਕ ਇੱਕ ਕਬੱਡੀ ਸੇਲ ਸੇਲ ਲਹੂ ਦਊਗੀ। ਅਤੇ ਫਿਰ ਉੱਥੇ ਆਜੂਗਾ ਕਿ ਠਹਿਰੋ, ਪੰਜਾਬ ਦੇ ਵਿਕਾਸ ਦੀ ਤਸਵੀਰ ਵੇਖੋ। ਅਤੇ ਫਿਰ 15 ਮਿੰਟ ਉਹ ਪੰਜਾਬ ਦੇ ਵਿਕਾਸ ਦੀ, ਉੱਧਰ ਜਿਹੜਾ 30,000 ਬੰਦਾ ਬੈਠਾ ਹੈਗਾ ਉੱਧਰ ਜਿਹਨਾਂ ਨੇ ਸੁਣਨਾ ਉਹ, ਅਤੇ ਉਹ ਸਾਰੇ ਦੇਖਦੇ ਆ ਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਸੜਕਾਂ ਬਣ ਗਈਆਂ, ਇਹੋ ਜਿਹੇ ਪੁਲ ਬਣ ਗਏ, ਇਹੋ ਜਿਹੇ ਮਾਲ ਬਣ ਗਏ, ਇਹੋ ਜਿਹੇ ਹਸਪਤਾਲ ਬਣ ਗਏ, ਇਹੋ ਜਿਹੇ ਸਕੂਲ ਬਣ ਗਏ, ਇੰਨੀ ਖੇਤੀਬਾੜੀ ਤਰੱਕੀ ਹੋ ਗਈ ਹੈ, ਨਾ ਹੋ ਗਿਆ ਉਹ ਪਬਲਿਕ ਰਿਲੇਸ਼ਨ ਜੀ। ਤੋ ਇਹ ਜਿਹੜਾ ਹੈਗਾ ਨਾ, ਜਿਹੜਾ ਅੰਦਰ ਖਾਤੇ ਕਬੱਡੀ ਦੇ ਰਾਹੀਂ ਕਿ ਆਪਣੇ ਵੈਸਟਡ ਇੰਟਰਸਟ ਦੀ ਜਿਹੜੀ ਹੈਗੀ ਹੈ ਨਾ, ਉਹਨੂੰ ਉਹਦੀ ਪੂਰਤੀ ਕਰਨੀ, ਆਪਣੀ ਬੇਲੋੜੀ ਮਸ਼ਹੂਰੀ ਕਰਵਾਉਣੀ, ਬੇਲੋੜੀ ਮਤਲਬ ਆਪਦਾ ਜਿਹੜਾ ਹੈਗਾ ਨਾ ਰੋਹ ਪਾਉਣਾ ਉਹਦੇ ਵਿੱਚ, ਦੀ ਸਿਆਸਤ ਚਮਕਾਉਣੀ ਵਗੈਰਾ ਨਾ, ਇਹ ਚੀਜ਼ਾਂ ਜਿਹੜੀਆਂ ਹੈਗੀਆਂ। ਅਤੇ ਕਈਆਂ ਨੇ ਤਾਂ ਭਾਈ ਹੁਣ ਅੱਜ ਮੈਂ ਤੁਸੀਂ ਅਕਸਰ ਮੈਨੂੰ ਪਿੱਛੇ ਜੇ ਪਤਾ ਲੱਗਿਆ, ਇੱਕ ਦਿਨ ਗੱਲ ਕਰ ਰਹੇ ਸੀਗੇ ਕਿ ਬਈ ਫੋਨ ਆਉਂਦੇ ਨੇ, ਮੈਂ ਤਾਂ ਨਹੀਂ ਅਜੇ ਦੇਖੀ ਵੀ ਕਿਸੇ ਨੇ ਆਹ ਲੈ ਵੀ ਲਈ ਆ ਦੂਜੀ ਆਪਣਾ ਜ਼ਿੰਮੇਵਾਰੀ ਕਿ ਅਸੀਂ ਜੀ ਅਸੀਂ ਆਹ ਕਰਾ ਅਸੀਂ ਕੀਤਾ, ਜ਼ਿੰਮੇਵਾਰੀ ਲੈ ਲਈ ਕਤਲ ਦੀ ਜੀ। ਹੁਣ ਕਈ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚੋਂ ਫੋਨ ਆਉਂਦੇ ਨੇ ਵੀ ਫਲਾਣੇ ਦਾ ਆਹ ਕਰ ਦਿਓ, ਫਲਾਣੇ ਦਾ ਉਹ ਕਰ ਦਿਓ, ਇਹ ਕਰ ਦਿਓ। ਉਹ ਅਸੀਂ ਕਿਹੜੇ ਯੁੱਗ ਦੇ ਵਿੱਚ ਪਹੁੰਚ ਗਏ ਹਾਂ, ਕਿਹਨਾਂ ਦਿਨਾਂ ਦੇ ਵਿੱਚ ਪਹੁੰਚ ਗਏ, ਕਿਹਨਾਂ ਹਾਲਤਾਂ 'ਚ ਪਹੁੰਚ ਗਏ। ਇਸ ਕਰਕੇ ਸੁਰੱਖਿਅਤ ਕੋਈ ਵੀ ਨਹੀਂ ਇਸ ਹਿਸਾਬ ਨਾਲ, ਤਾਂ ਇੱਥੇ ਬੈਠੇ ਚੰਗੀ ਭਲੀ ਗੱਲ ਕਰਦੇ ਹਾਂ। ਕੱਲ੍ਹ ਨੂੰ ਇਹੀ ਕਹਿ ਸਕਦੇ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਸੀਗੇ ਜੀ, ਜੀ ਤੁਹਾਨੂੰ ਕਿਹਨੇ ਕਿਹਾ ਸੀਗਾ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ। ਤੋ ਇਹ ਜਿਹੜੀ ਹੈਗੀ ਹੈ ਨਾ ਬਾਠ ਜੀ, ਇਹਦੇ ਪਿੱਛੇ ਜੋ ਕੁਛ ਹੈਗਾ, ਇਹ ਸਭ ਕੁਛ ਪੜਤਾਲਣ ਦੀ ਲੱਭਣ ਦੀ ਲੋੜ ਆ। ਸਿਕਿਉਰਿਟੀ ਫੋਰਸਿਸ ਕਾਹਦੇ ਵਾਸਤੇ ਨੇ? ਇਹ ਕਿਸੇ ਇਕੱਲੇ ਤੋਂ ਇਕੱਲੇ ਦੀ ਰਾਖੀ ਕਰਨ ਲਈ ਨਹੀਂ, ਸਮਾਜ ਦੀ ਰਾਖੀ ਕਰਨ ਲਈ ਹੈ। ਸੈਂਕੜੇ ਹਜ਼ਾਰਾਂ ਖਿਡਾਰੀ ਖੇਡਦੇ ਨੇ, ਸੈਂਕੜੇ ਟੂਰਨਾਮੈਂਟ ਹੁੰਦੇ ਨੇ, ਉਹਨਾਂ ਦੀ ਰਾਖੀ ਕਰਨ ਵਾਸਤੇ, ਉੱਥੋਂ ਦੇ ਦਰਸ਼ਕਾਂ ਦੀ ਰਾਖੀ ਕਰਨ ਵਾਸਤੇ, ਖਿਡਾਰੀਆਂ ਦੀ ਰਾਖੀ ਕਰਨ ਵਾਸਤੇ। ਤੋ ਉਧਰਲੇ ਪਾਸੇ ਵੀ ਧਿਆਨ ਦੇਣ ਦੀ ਲੋੜ ਹੈਗੀ ਆ। ਦੁੱਖ ਬਹੁਤ ਹੈ ਇਸ ਗੱਲ ਦਾ ਕਿ ਸਾਡਾ ਇੱਕ ਹੋਣਹਾਰ ਖਿਡਾਰੀ, ਸਟਾਰ ਖਿਡਾਰੀ ਜਿਹਦੇ ਬਾਰੇ ਤੁਸੀਂ ਪੁੱਛਿਆ ਕਿ ਇੰਨੇ ਸਾਲਾਂ 'ਚ ਉਹ ਬਹੁਤ ਸਾਰੇ ਥਾਵਾਂ ਦੇ ਉੱਤੇ ਟੂਰਨਾਮੈਂਟਾਂ ਦਾ, ਕੱਪਾਂ ਦਾ ਬੈਸਟ ਜਾਫੀ ਨਿਕਲਿਆ। ਉਹ ਟੋਰਾਂਟੋ ਵੀ ਬੈਸਟ ਜਾਫੀ ਨਿਕਲਦਾ ਰਿਹਾ, ਉਹ ਨਿਊਯਾਰਕ ਵੀ ਨਿਕਲਦਾ ਰਿਹਾ, ਉਹ ਫਰਿਜ਼ਨੋ ਵੀ ਨਿਕਲਦਾ ਰਿਹਾ, ਉਹ ਸਾਊਥ ਹਾਲ ਵੀ ਨਿਕਲਦਾ ਰਿਹਾ, ਉਹ ਕਨੇਡਾ ਦੇ ਹੋਰਨਾਂ ਟੂਰਨਾਮੈਂਟਾਂ, ਪਾਕਿਸਤਾਨ ਅਤੇ ਇੰਡੀਆ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ ਤੱਕ ਉਹ ਨਿਕਲਦਾ ਰਿਹਾ। ਕਬੱਡੀ ਲੀਗ ਦੇ ਵਿੱਚ ਇੰਗਲੈਂਡ ਦੀਆਂ ਟੀਮਾਂ ਨੂੰ ਉਹ ਆਮ ਤੌਰ 'ਤੇ ਜਿਹੜਾ ਸੀਗਾ ਲੀਡ ਕਰਦਾ ਸੀ, ਉਹਦਾ ਕੈਪਟਨ ਹੁੰਦਾ ਸੀ, ਕਿਉਂਕਿ ਬਚਪਨ ਭਾਵੇਂ ਉਹਨੇ ਆਪਣੇ ਪਿੰਡ ਨੰਗਲ ਅੰਬੀਆਂ ਦੇ ਵਿੱਚ ਗੁਜ਼ਾਰਿਆ, ਮੁੱਢਲੀ ਪੜ੍ਹਾਈ ਇੱਥੇ ਕੀਤੀ। ਪਰਿਵਾਰਕ ਤੌਰ 'ਤੇ ਉਹਦੇ ਮਾਤਾ ਪਿਤਾ ਨੇ, 5 ਭੈਣ ਭਾਈ ਨੇ, ਹੁਣ ਇਹ ਚਲਾਣਾ ਕਰ ਗਿਆ, ਔਰ ਇਹਦੇ 2 ਛੋਟੇ ਛੋਟੇ ਬੜੇ ਪਿਆਰੇ ਬੱਚੇ ਨੇ, ਬੜੇ ਹੋਣਹਾਰ ਬੱਚੇ ਨੇ। ਫੋਟੋ ਵੇਖ ਕੇ ਮਨ ਭਰ ਆਉਂਦਾ ਹੈਗਾ ਵੀ ਦੇਖੋ ਇਹਨਾਂ ਛੋਟੇ ਬੱਚਿਆਂ ਦਾ ਬਾਪ ਚਲਾ ਗਿਆ, ਔਰ ਦੋਖੀਆਂ ਨੇ ਉਸਨੂੰ ਬੜੀ ਉਹਦੀ ਹੱਤਿਆ ਕੀਤੀ ਬੁਰੀ ਤਰ੍ਹਾਂ, ਔਰ ਉਹਦੀ ਪਤਨੀ ਹੈ ਨੌਜਵਾਨ ਬੀਬੀ, ਤੋ ਮਾਤਾ ਪਿਤਾ ਨੇ ਵਡੇਰੀ ਉਮਰ ਵਾਲੇ। ਤੋ ਇਸ ਹਾਲਤ ਦੇ ਵਿੱਚ ਸਾਰੇ ਹੀ ਅਸੀਂ ਬਹੁਤ ਦੁਖੀ ਹਾਂ ਦਿਲੋਂ ਕਿ ਇਹ ਬਹੁਤ ਮਾੜੀ ਗੱਲ ਹੋਈ, ਅਤੇ ਚਾਹੁੰਦੇ ਹਾਂ ਕਿ ਜਿਨ੍ਹਾਂ ਪਾਪੀਆਂ ਨੇ ਇਕਾਰਾ ਕੀਤਾ ਉਹ ਪਾਪੀ ਜਿੰਨੀ ਛੇਤੀ ਹੋ ਸਕੇ ਉਹ ਫੜੇ ਜਾਣ, ਸਲਾਖਾਂ ਪਿੱਛੇ ਡੱਕੇ ਜਾਣ, ਔਰ ਅਦਾਲਤਾਂ ਉਹਨਾਂ ਨੂੰ ਐਸੀ ਸਜ਼ਾ ਦੇਣ ਕਿ ਸਭਨਾਂ ਨੂੰ ਕੰਨ ਹੋ ਜਾਏ ਕਿ ਮੁੜ ਕੇ ਕੋਈ ਐਸਾ ਐਸੀ ਹਿਮਾਕਤ ਨਾ ਕਰ ਸਕੇ, ਐਸਾ ਪਾਪ ਨਾ ਕਰੇ, ਇਸ ਤਰ੍ਹਾਂ ਦਾ ਮੁੜ ਕੇ ਨਾ ਸਾਨੂੰ ਇਸ ਤਰ੍ਹਾਂ ਦਿੰਦੇ। ਪ੍ਰਿੰਸੀਪਲ ਸਾਹਿਬ, ਇੱਕ ਚੀਜ਼ ਮੈਂ ਜ਼ਰੂਰ, ਕਿਉਂਕਿ ਤੁਸੀਂ ਪੰਜਾਬ ਦਾ ਕੋਈ ਵੱਡਾ ਟੂਰਨਾਮੈਂਟ, ਦਰਮਿਆਨਾ ਟੂਰਨਾਮੈਂਟ ਸ਼ਾਇਦ ਹੀ ਛੱਡਿਆ ਹੋਵੇ ਜਿੱਥੇ ਤੁਸੀਂ ਜਾਣੇ ਰਹੇ ਹੋ, ਬਹੁਤ ਸਾਰੇ ਲੋਕ ਜਿਹੜਾ ਆਮ ਘਰ ਦਾ ਮੇਰੇ ਵਰਗਾ ਹੋਵੇ ਨਾ, ਸਧਾਰਨ ਬੰਦਾ, ਉਹ ਇੱਕ ਦਿਨ ਪਹਿਲਾਂ ਪੱਠੇ ਲੈ ਆਉਂਦਾ ਕਿ ਮੈਂ ਭਾਈ ਕੱਲ੍ਹ ਟੂਰਨਾਮੈਂਟਾਂ ਦੇਖਣ ਜਾਣਾ। 20-20 ਕਿਲੋਮੀਟਰ ਲੋਕ ਸਾਈਕਲ ਚਲਾ ਕੇ ਜਾਂਦੇ ਰਹੇ। ਅੱਜ ਵੀ ਭਾਵੇਂ ਮੇਰੇ ਵਰਗਾ ਮਾੜਕੂ ਸਰੀਰ ਦਾ ਹੀ ਹੋਵੇ, ਉਹਨੂੰ ਹੁੰਦਾ ਯਾਰ ਕਬੱਡੀ ਆ, ਕਬੱਡੀ ਦੇਖਣ ਜਾਣਾ। ਪਰ ਇੱਕ ਸਾਡੀ ਆਦਤ ਹੈ ਪੰਜਾਬੀਆਂ ਦੀ, ਹੋ ਸਕਦਾ ਮੈਂ ਗਲਤ ਹੋਵਾਂ, ਕਿ ਕੋਈ ਘਟਨਾ ਵਾਪਰਦੀ ਹੈ ਚਾਹੇ ਬਹੁਤ ਚੰਗੀ ਅਤੇ ਚਾਹੇ ਬਹੁਤ ਮਾੜੀ, ਸਾਨੂੰ ਹਫ਼ਤਾ ਖੰਡ 10 ਦਿਨ ਚੇਤੇ ਰਹਿੰਦੀ ਹੈ। ਉਹਦੇ ਤੋਂ ਬਾਅਦ ਪੱਠੇ ਵੱਢਣ ਵਾਲੇ ਨੇ ਪੱਠੇ ਵੱਢਣੇ ਆ, ਨੌਕਰੀ ਕਰਨ ਵਾਲੇ ਨੌਕਰੀ ਕਰਨੀ ਆ, ਪੱਤਰਕਾਰ ਜਿਹੜਾ ਉਹਨੇ ਖਬਰਾਂ ਆਪਣੀਆਂ ਕਰਕੇ ਅਤੇ ਗਾਂਹ ਜਾਣਾ, ਸਾਨੂੰ ਚੇਤਾ ਭੁੱਲ ਜਾਂਦਾ। ਅਸੀਂ ਗੱਲ ਸਿਰੇ ਨਹੀਂ ਲਾਉਂਦੇ, ਅਸੀਂ ਗੱਲ ਸ਼ੁਰੂ ਕਰ ਲੈਂਦੇ ਹਾਂ, ਇੱਕਦਮ ਸੋਸ਼ਲ ਮੀਡੀਆ 'ਤੇ ਚੱਕਦੇ ਹਾਂ। ਮੈਨੂੰ ਡਰ ਹੈ, ਇਹ ਤੌਖਲਾ ਹੈ ਮੇਰਾ, ਗਲਤ ਸਾਬਿਤ ਹੋਵਾਂ ਤਾਂ ਬਹੁਤ ਚੰਗਾ, ਕਿ ਸੰਦੀਪ ਨੰਗਲ ਅੰਬੀਆਂ ਦੀ ਮੌਤ ਤੋਂ ਬਾਅਦ ਅੱਜ ਤਾਂ ਸਾਰੇ ਹੀ ਅਸੀਂ ਦੁਖੀ ਹਾਂ, ਦੁਨੀਆ ਭਰ ਦੇ ਵਿੱਚ ਜਿਹੜੇ ਕਬੱਡੀ ਪ੍ਰੇਮੀ ਵੀ ਨੇ, ਸੋਸ਼ਲ ਮੀਡੀਆ 'ਤੇ ਹੜ ਆਇਆ ਪਿਆ।
ਇਹ ਨਾ ਹੋਵੇ ਕਿ 10 ਦਿਨਾਂ ਦੇ ਬਾਅਦ ਉਹਦਾ ਪਰਿਵਾਰ ਇਕੱਲਾ ਹੀ ਰਹਿ ਜਾਏ, ਕੱਲ ਨੂੰ ਉਹ ਇਕੱਲੇ ਹੀ ਪੈ ਜਾਣ, ਮੁੜ ਕੇ ਇਨਸਾਫ ਦੀ ਕੋਈ ਮੰਗ ਹੀ ਨਾ ਕਰੇ, ਅਸੀਂ ਟੂਰਨਾਮੈਂਟਾਂ 'ਚ ਕੁਆਚ ਜਾਈਏ, ਸੱਭਿਆਚਾਰਕ ਮੇਲਿਆਂ 'ਚ ਕੁਆਚ ਜਾਈਏ, ਉਸ ਆਦਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਜੀ? ਗੁਰਲਾਲ ਘਨੌਰ ਕਬੱਡੀ ਦਾ ਬਹੁਤ ਤਕੜਾ ਖਿਡਾਰੀ, ਜਿਵੇਂ ਸੰਦੀਪ ਇਹ ਇਕੱਠੇ ਖੇਡਦੇ ਵੀ ਰਹੇ ਆ ਜੀ, ਉਹਦੀ ਮੈਂ ਸੁਣੀ ਆ ਗੱਲ, ਉਹ ਕਹਿੰਦਾ ਵੀ ਮੈਂ ਅਖੀਰ ਤੱਕ ਜ਼ੋਰ ਲਾਊਂਗਾ ਕਿ ਇਹਦੇ ਕਾਤਲ ਹਰ ਹਾਲਤ 'ਚ ਉਹਨਾਂ ਨੂੰ ਜਿਹੜੀ ਮਿਸਾਲੀ ਸਜ਼ਾ ਮਿਲੇ, ਤਾਂ ਕਿ ਸੁਧਾਰ ਹੋਵੇ, ਤਾਂ ਕਿ ਮੁੜ ਕੇ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ, ਕਿ ਮੈਂ ਭਗਵੰਤ ਮਾਨ ਹੋਰਾਂ ਨਾਲ ਸਾਰਿਆਂ ਨਾਲ, ਮੇਰੇ ਵਰਗੇ ਬੰਦੇ ਵੀ ਇਹੀ ਕਹਿੰਦੇ ਨੇ, ਤੁਸੀਂ ਵੀ ਇਹੀ ਕਹਿੰਦੇ, ਆਪਾਂ ਸਾਰੇ ਰਲ ਮਿਲ ਕੇ ਕਹਿੰਦੇ ਹਾਂ। ਤੋ ਇਹ ਇੱਕ ਇਹੋ ਜਿਹੀ ਗੱਲ ਹੈ ਕਿ ਜਿਹਦੇ 'ਚ ਕਿ ਇਹ ਜਿਹੜੀ ਹੱਤਿਆ ਹੋਈ ਹੈ ਨਾ, ਇਹ ਕਬੱਡੀ ਦੀ ਹੱਤਿਆ, ਇਹ ਕਬੱਡੀ ਦਾ ਕਫਨ ਜਿਹੜਾ ਹੈਗਾ ਉਹ ਵਿਛਿਆ। ਤੋ ਇਹ ਇਕੱਲੇ ਇਸੇ ਇਹਦੇ ਜਿਹੜੇ ਕਾਤਲ ਇੱਥੇ ਲੱਭਣ ਤੱਕ ਹੀ ਸੀਮਤ ਨਾ ਰਹੇ ਗੱਲ, ਬਲਕਿ ਕਬੱਡੀ ਦੇ ਵਿੱਚ ਆ ਰਹੀ ਡਰੱਗ ਰਾਹੀਂ ਜਿਹੜੇ ਖਿਡਾਰੀ ਮਰ ਰਹੇ ਨੇ, ਜਿਹੜੇ ਹੋਰ ਵੀ ਕਬੱਡੀ ਦਾ ਨੁਕਸਾਨ ਹੋ ਕਰ ਰਿਹਾ ਹੈ, ਚਿੱਟਾ ਅਤੇ ਦੂਜੇ ਜਿਹੜੇ ਆਹ ਸਿੰਥੈਟਿਕ ਨਸ਼ੇ ਨੇ, ਉਹ ਸਾਰਿਆਂ 'ਤੇ ਜਿਹੜੀ ਹੈਗੀ ਆ ਨਾ ਲਗਾਮ ਪਾਈ ਜਾਵੇ, ਔਰ ਜਿਹੜੇ ਵਰਤਾਉਂਦੇ ਨੇ ਇਹਨਾਂ ਨੂੰ, ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇ। ਤੋ ਤਦੇ ਮੈਂ ਕਿਹਾ ਮੁੱਢ ਦੇ ਵਿੱਚ ਵੀ ਕਿ ਅਸਲ ਵਿੱਚ ਨਾ ਕਹਿੰਦੇ ਹੁੰਦੇ ਆ ਕਿ ਚੋਰ ਨੂੰ ਫੜਨ ਦੇ ਨਾਲ ਚੋਰ ਦੀ ਮਾਂ ਨੂੰ ਵੀ ਫੜੋ, ਚੋਰ ਦੀ ਮਾਂ ਨੂੰ ਮਾਰੋ ਤਾਂ ਹੀ ਚੋਰ ਜੰਮਣੋਂ ਹਟਣਗੇ। ਤੋ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਜੇ ਅਸੀਂ ਕਬੱਡੀ ਨੂੰ ਪ੍ਰਫੁੱਲਤ ਵੇਖਣਾ ਚਾਹੁੰਦੇ ਹਾਂ, ਜੇ ਪੰਜਾਬ ਦੀ ਮਾਂ ਖੇਡ ਕਹੀ ਜਾਣ ਵਾਲੀ ਹਰਮਨ ਪਿਆਰੀ ਖੇਡ ਪੰਜਾਬੀਆਂ ਦੀ, ਜਿਹਦੇ ਬਾਰੇ ਮੈਂ ਲਿਖਿਆ ਕਿ ਇੱਕ ਬੰਨੇ ਓਲੰਪਿਕ ਖੇਡਾਂ ਹੁੰਦੀਆਂ ਹੋਣ, ਦੂਜੇ ਬੰਨੇ ਕਬੱਡੀ ਦੇ ਮੈਚ ਹੋਣ, ਤਾਂ ਆਮ ਪੰਜਾਬੀ ਕਬੱਡੀ ਦਾ ਮੈਚ ਦੇਖਣ ਨੂੰ ਤਰਜੀਹ ਦਿੰਦੇ ਜੀ, ਅਤੇ ਜੇ ਕਿਤੇ ਚੜ੍ਹਦੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਦਾ ਮੈਚ ਹੁੰਦਾ ਹੋਵੇ, ਤਾਂ ਕੋਈ ਵੀ ਸਟੇਡੀਅਮ ਜਿਹੜਾ ਹੈਗਾ ਉਹ ਭੀੜਾ ਨਹੀਂ ਸਮਾ ਸਕਦਾ ਜੀ। ਅਤੇ ਕਹਿੰਦੇ ਆ ਕਿ ਨੈ ਚੜ੍ਹੀ ਹੋਵੇ, ਥੱਕਾ ਵਗਦਾ ਹੋਵੇ, ਅਤੇ ਰਸਤੇ ਦੇ ਵਿੱਚ ਸੱਪ ਅਤੇ ਸੀਂਹ ਪੈਂਦੇ ਹੋਣ, ਅਤੇ ਫਿਰ ਪਤਾ ਲੱਗ ਜਾਵੇ ਵੀ ਨਦੀ ਦੇ ਪਾਰਲੇ ਪਾਸੇ ਕਬੱਡੀ ਦਾ ਬਹੁਤ ਵਧੀਆ ਮੈਚ ਹੋ ਰਿਹਾ, ਟਾਪ ਦਾ ਮੈਚ ਹੋ ਰਿਹਾ, ਤਾਂ ਆਮ ਪੰਜਾਬੀ ਜਿਹੜੇ ਹੈਗੇ ਆ ਨਾ ਸੱਪਾਂ ਸੀਂਹਾਂ ਦੀ ਪਰਵਾਹ ਕਰਦੇ ਆ, ਨਾ ਚੜ੍ਹੀ ਨਦੀ ਦੀ ਪਰਵਾਹ ਕਰਦੇ ਆ, ਨਾ ਝੱਖੜ ਦੀ ਪਰਵਾਹ ਕਰਦੇ ਆ, ਉਹ ਨਦੀ ਤਰ ਕੇ ਵੀ ਪਰਲੇ ਪਾਸੇ ਚਲੇ ਜਾਂਦੇ ਆ, ਇੰਨੀ ਖਿੱਚ ਆ ਕਬੱਡੀ 'ਚ। ਪਰ ਉਸੇ ਕਬੱਡੀ ਨੂੰ ਜਿਹੜਾ ਹੈਗਾ ਨਾ, ਕੁਛ ਲੋਕਾਂ ਨੇ ਵੈਸਟ ਇੰਟਰਸਟ ਵਾਲਿਆਂ ਨੇ, ਉਹਨਾਂ ਨੇ ਚੰਦ ਇੱਕ ਹੱਥਾਂ ਦੇ ਵਿੱਚ ਲਿਆ ਕੇ, ਫੈਡਰੇਸ਼ਨ 'ਤੇ ਫੈਡਰੇਸ਼ਨ ਬਣਾ ਕੇ, ਕਲੱਬ 'ਤੇ ਕਲੱਬ ਬਣਾ ਕੇ, ਅਕੈਡਮੀ 'ਤੇ ਅਕੈਡਮੀ ਬਣਾ ਕੇ, ਔਰ ਜਿਹੜਾ ਕੰਮ ਕਰਨਾ ਸਹੀ ਕਰਨਾ ਉਹ ਠੀਕ ਹੈ, ਕੁਛ ਕਰਦੀਆਂ ਅਕੈਡਮੀਆਂ, ਕੁਛ ਕਲੱਬ ਵੀ ਕਰਦੇ, ਕੁਛ ਫੈਡਰੇਸ਼ਨਾਂ ਵੀ ਕਰਦੀਆਂ, ਪਰ ਉਹਨਾਂ ਦੇ ਵਿੱਚ ਇਹੋ ਜਿਹੀਆਂ ਵੀ ਹੈਗੀਆਂ ਜਿਹੜੀਆਂ ਡੋਪੀ ਖਿਡਾਰੀਆਂ ਨੂੰ ਸਗੋਂ ਸੱਦ ਸੱਦ ਕੇ ਘਰੋਂ ਬੁਲਾ ਬੁਲਾ ਕੇ ਫਿਰ ਵੀ ਖਿਡਾਉਂਦੀਆਂ। ਆ ਇੱਥੇ ਦੋ ਫੈਡਰੇਸ਼ਨਾਂ ਸੀ ਟੋਰਾਂਟੋ ਦੇ ਵਿੱਚ, ਔਰ ਦੋ ਵਰਲਡ ਕੱਪ ਇੱਕੋ ਦਿਨ ਹੋਏ, ਤਰੀਕ ਵੀ ਮੈਨੂੰ ਯਾਦ ਆ ਜੀ, 13 ਅਗਸਤ 2011, ਇੱਕ ਕਬੱਡੀ ਦਾ ਵਰਲਡ ਕੱਪ ਹਰਸ਼ੀ ਸੈਂਟਰ ਦੇ ਵਿੱਚ, ਇੱਕ ਪਾਵਰਡ ਸੈਂਟਰ ਦੇ ਵਿੱਚ। ਦੱਸੋ ਇਹਨੂੰ ਕੌਣ ਸਿਆਣਾ ਕਹੂਗਾ ਬਈ ਫਾਸਲਾ ਕਿੰਨਾ ਕਾ, ਉਨੇ ਕੁ ਫਾਸਲੇ 'ਤੇ 2-3 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਤੁਸੀਂ ਦੋ ਵਰਲਡ ਕੱਪ ਕਰਵਾ ਕੇ ਆਪਣਾ ਜਲੂਸ ਨਹੀਂ ਕੱਢ ਰਹੇ, ਤੁਹਾਨੂੰ ਕੀ ਕਰ ਰਹੇ ਹੋ? ਕੋਈ ਕਹਿੰਦਾ ਜੀ ਅਸੀਂ ਫਲਾਨਾ ਨਹੀਂ ਖਿਡਾਇਆ, ਉਹ ਤਾਂ ਨਹੀਂ ਖਿਡਾਇਆ ਵੀ ਉਹ ਡੋਪੀ ਖਿਡਾਰੀ ਆ, ਦੂਜਾ ਕਹਿੰਦਾ ਵੀ ਡੋਪੀ ਖਿਡਾਰੀ ਤਾਂ ਵਧੀਆ ਖੇਡਦੇ ਆ, ਸਗੋਂ ਤੁਸੀਂ ਉਹਨੂੰ ਕੋਡੀ ਪਾਉਂਦੇ ਤਾਂ ਦੇਖੋ, ਉਹਨੂੰ ਜੱਫੇ ਲਾਉਂਦੇ ਤਾਂ ਦੇਖੋ। ਤੋ ਲਚਰ ਗਾਇਕੀ ਉਦੋਂ ਫੈਲਦੀ ਹੈ ਜਦੋਂ ਲਚਰ ਗਾਇਕੀ ਨੂੰ ਸੁਣਾਉਣ ਵਾਲੇ ਸੁਣਨ ਵਾਲੇ ਭੀੜਾਂ ਇਕੱਠੀਆਂ ਕਰਦੇ ਆ ਜੀ। ਡੋਪੀ ਖਿਡਾਰੀ ਜਿਹੜੀ ਹੈਗੀ ਹੈ, ਡਰੱਗੀ ਖਿਡਾਰੀ, ਡਰੱਗੀ ਕਬੱਡੀ ਵੀ ਉਦੋਂ ਹੀ ਵੱਧਦੀ ਫੁੱਲਦੀ ਆ ਜਦੋਂ ਡਰੱਗੀ ਕਬੱਡੀ ਨੂੰ ਦੇਖਣ ਵਾਲੇ ਭੀੜਾਂ ਜਿਹੜੀਆਂ ਤਾੜੀਆਂ ਮਾਰਨ ਲੱਗ ਗਈਆਂ, ਡਰੱਗੀ ਖਿਡਾਰੀਆਂ ਨੂੰ ਹੂਟ ਕਰਨਾ ਬਣਦਾ, ਡਰੱਗੀ ਪ੍ਰਮੋਟ, ਡਰੱਗੀ ਡਰੱਗ ਸਪਲਾਈ ਕਰਨ ਵਾਲਿਆਂ ਨੂੰ ਹੂਟ ਕਰਨਾ ਬਣਦਾ। ਤੋ ਇਹੀ ਮੈਂ ਤਾਂ, ਕਿਉਂਕਿ ਹੁਣ ਉਮਰ ਦੇ ਹਿਸਾਬ ਦੇ ਨਾਲ ਮੈਂ 4-5 ਸਾਲਾਂ ਤੋਂ ਕਿਸੇ ਟੂਰਨਾਮੈਂਟ 'ਤੇ ਨਹੀਂ ਕਰੀ ਗਿਆ, ਫਿਰ ਵੀ ਕਦੇ ਕਦੇ ਚਲੋ ਗੇੜਾ ਵੱਜ ਜਾਂਦਾ ਹੈਗਾ, ਪਰ ਮੇਰਾ ਇਹ ਮਿਸ਼ਨ ਜ਼ਰੂਰ ਆ ਕਿ ਮੈਂ ਲਿਖ ਕੇ ਬੋਲ ਕੇ ਕਬੱਡੀ ਦੇ ਵਿੱਚ ਜਿੰਨਾ ਕੁ ਸੁਧਾਰ ਲਿਆਂਦਾ ਜਾ ਸਕਦਾ ਉਹਦੀ ਗੱਲ ਕਰਨ ਨੂੰ ਨਾ ਹਟਾਂ, ਅਤੇ ਇਸੇ ਲਈ ਇਹ ਗੱਲ ਕਰਦਾ, ਇਸੇ ਲਈ ਲਿਖਦਾ, ਇਸੇ ਲਈ ਬੋਲਦਾ ਕਿ ਇਹ ਸਾਡੀ ਕਬੱਡੀ ਆ ਜਿਹੜੀ ਕਿ ਪੰਜਾਬ ਨੂੰ ਪੰਜਾਬ ਦੀ ਮਾਂ ਖੇਡ ਕਹੀ ਜਾਂਦੀ ਆ, ਪੰਜਾਬ ਦੇ ਸੁਭਾਅ ਨੂੰ ਮੂਰਤੀਮਾਨ ਕਰਦੀ ਆ, ਪੰਜਾਬ ਸਾਡਾ ਜਿਹੜਾ ਹੈਗਾ ਨਾ ਇਹੋ ਜਿਹੀ ਜਗ੍ਹਾ 'ਤੇ ਰਿਹਾ ਇਤਿਹਾਸਿਕ ਤੌਰ 'ਤੇ ਕਿ ਇੱਥੇ ਹਮਲੇ ਹੁੰਦੇ ਰਹੇ ਨੇ, ਪੰਜਾਬੀ ਹਮਲਿਆਂ ਨੂੰ ਠੱਲਦੇ ਰਹੇ ਨੇ,
ਅਤੇ ਕਬੱਡੀ ਦੀ ਖੇਡ ਦੇ ਵਿੱਚ ਵੀ ਇੱਕ ਖਿਡਾਰੀ ਹਮਲਾ ਕਰਨ ਜਾਂਦਾ, ਦੂਜਾ ਉਸਨੂੰ ਠੱਲਦਾ, ਔਰ ਉਹਦੇ ਵਿੱਚ ਵੀ ਅਸੀਂ ਆਪਣਾ ਇਤਿਹਾਸ ਵੇਖਦੇ ਹਾਂ। ਤੋ ਉਸ ਨੂੰ ਇਤਿਹਾਸ ਨੂੰ ਵੇਖਦਿਆਂ ਕਰਕੇ ਸਾਡੇ ਮਨ ਦੀ ਗੱਲ ਲੱਗਦੀ ਹੈ, ਇਸੇ ਕਰਕੇ ਸਾਨੂੰ ਖੇਡ ਪਿਆਰੀ ਲੱਗਦੀ ਹੈ। ਬਾਕੀ ਇਹ ਇਕੱਲੇ ਕੱਚੇ ਨਾਲ ਜਾਂਗੇ ਨਾਲ ਪਾ ਕੇ ਖੇਡਦੇ ਹੁੰਦੇ ਸੀਗੇ, ਅਤੇ ਇਹਨੂੰ ਕਿਹਾ ਜਾਂਦਾ ਸੀ ਕਿ ਇਹ 'ਤੇ ਖਰਚਾ ਨਹੀਂ ਹੁੰਦਾ, ਇਹ ਕੌਡੀ ਦੀ ਖੇਡ ਆ, ਕੌਡੀ ਕਹਿੰਦੇ ਸੀ, ਕਬੱਡੀ ਕਹਿੰਦੇ ਸੀ ਜੀ। ਪਰ ਹੁਣ ਇਹਨੂੰ ਲੱਖਾਂ ਕਰੋੜਾਂ ਦੀ ਖੇਡ ਬਣਾ ਕੇ ਅਸੀਂ ਪੁੱਠੇ ਪਾਸੇ ਲਿਜਾ ਰਹੇ ਹਾਂ, ਜਿਹੜਾ ਕਿ ਸਾਨੂੰ ਰੋਕਣ ਦੀ ਲੋੜ ਹੈ ਜੀ। ਪ੍ਰਿੰਸੀਪਲ ਸਾਹਿਬ, ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਸਾਨੂੰ ਘੱਟੋ ਘੱਟ ਇਦਾਂ ਦੇ ਮਾਹੌਲ 'ਚ ਗੱਲ ਨਾ ਕਰਨੀ ਪਵੇ, ਵੱਖ ਵੱਖ ਖੇਡਾਂ ਦੇ ਵਿਸ਼ਿਆਂ 'ਤੇ ਆਪਾਂ ਚਰਚਾ ਕਰਦੇ ਰਹਾਂਗੇ। ਤੁਸੀਂ ਅੱਜ ਪ੍ਰਾਈਮ ਏਸ਼ੀਆ ਟੀਵੀ 'ਤੇ ਜੁੜੇ, ਤੁਹਾਡਾ ਬਹੁਤ ਧੰਨਵਾਦ ਜੀ। ਤੁਹਾਡਾ ਵੀ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਪ੍ਰਿੰਸੀਪਲ ਸਰਵਨ ਸਿੰਘ ਜੀ ਸਾਡੇ ਨਾਲ ਜੁੜੇ ਸੀ, ਅਤੇ ਮੈਂ ਇੰਨੀ ਗੱਲ ਜ਼ਰੂਰ ਦੱਸਦਾ ਜਾਵਾਂ ਕਿ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਵੀ ਇਹ ਗੱਲ ਆਖੀ ਆ ਕਿ ਜਿਹੜੇ ਅੱਜ ਵੀ ਬਹੁਤ ਸਾਰੇ ਖਿਡਾਰੀ ਚੰਗੇ ਨੇ, ਅੱਜ ਵੀ ਬਹੁਤ ਸਾਰੇ ਪ੍ਰਮੋਟਰ, ਪ੍ਰਬੰਧਕ, ਕਮੈਂਟੇਟਰ ਚੰਗੇ ਨੇ, ਉਹਨਾਂ ਨੂੰ ਸਲਿਊਟ ਹੈ। ਉਹਨਾਂ ਨੇ ਕਬੱਡੀ ਬਚਾਉਣੀ ਹੈ, ਅਸੀਂ ਉਹਨਾਂ ਨੂੰ ਸ਼ੁਭ ਇਸ਼ਾਵਾਂ ਦਿੰਦੇ ਹਾਂ ਕਿ ਤੁਸੀਂ ਇਕੱਠੇ ਹੋਵੋ, ਤਕੜੇ ਹੋਵੋ। ਅਤੇ ਜਿਹੜੇ ਮਾੜੇ ਪਾਸੇ ਲਿਜਾ ਰਹੇ ਨੇ, ਕਿਉਂਕਿ ਉਹਨਾਂ ਨੇ ਪਹਿਲੇ ਦੱਸਿਆ ਕਿ ਭਾਈ ਚੀਜ਼ਾਂ ਮਾੜੀਆਂ ਵੀ ਹੁੰਦੀਆਂ, ਥੋੜ੍ਹੀ ਗਿਣਤੀ ਹੁੰਦੀ ਹੈ, ਉਹਨਾਂ ਨੂੰ ਪਹਿਚਾਨਣ ਦੀ, ਉਹਨਾਂ ਦਾ ਆਪੋ ਆਪਣੇ ਪੱਧਰ ਦੇ ਉੱਤੇ ਵਿਰੋਧ ਕਰਨ ਦੀ ਲੋੜ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਹੁਣ ਆਪਾਂ ਸਿੱਧੇ ਹੋ ਜਾਈਏ, ਕਿਉਂਕਿ ਕਤਲ ਤੋਂ ਵੱਡੀ ਚੀਜ਼ ਤਾਂ ਕੋਈ ਨਹੀਂ ਹੁੰਦੀ ਨਾ, ਕਿ ਕੁਆਂਟਲ ਦਾ ਗੱਭਰੂ ਲੋਥ ਬਣਿਆ ਪਿਆ, ਅਤੇ ਅਸੀਂ ਜੇ ਉਹਦੇ ਤੋਂ ਵੀ ਨਹੀਂ ਸਿੱਖਦੇ ਤਾਂ ਫਿਰ ਕਦੋਂ ਸਿੱਖਾਂਗੇ। ਕਿਸੇ ਨੂੰ ਕੋਈ ਸ਼ਬਦ ਵੱਧ ਘੱਟ ਲੱਗਿਆ ਹੋਵੇ ਤਾਂ ਭਾਈ ਉਹਦੇ ਲਈ ਮਾਫ਼ੀ, ਪਰ ਇਹ ਸਮੇਂ ਦੀ ਲੋੜ ਸੀ, ਅਸੀਂ ਤੁਹਾਡੇ ਲਈ ਗੱਲ ਕੀਤੀ। ਅਤੇ ਪ੍ਰਿੰਸੀਪਲ ਸਰਵਨ ਸਿੰਘ ਹੋਰੀ ਉਹ ਸ਼ਖਸੀਅਤ ਨੇ ਕਿ ਜੇ ਪੰਜਾਬੀ ਦੇ ਵਿੱਚ ਛਪੀਆਂ ਖੇਡਾਂ ਦੀਆਂ ਕਿਤਾਬਾਂ ਇੱਕ ਜਗ੍ਹਾ ਦੇ ਉੱਤੇ ਰੱਖ ਲਈਏ ਤਾਂ ਸ਼ਾਇਦ ਬਾਕੀ ਸਾਰੀਆਂ ਕਿਤਾਬਾਂ ਦੀ ਗਿਣਤੀ ਵੀ ਉਨੀ ਕੁ ਹੋਣੀ ਆ ਜਿੰਨੀਆਂ ਪ੍ਰਿੰਸੀਪਲ ਸਰਵਨ ਸਿੰਘ ਹੋਰਾਂ ਦੀਆਂ ਕਿਤਾਬਾਂ, ਜਿੰਨੇ ਉਹਨਾਂ ਦੇ ਲੇਖ, ਜਿਹੜੇ ਮੈਂ ਬਹੁਤ ਛੋਟਾ ਹੁੰਦਾ ਸੀ, ਅਜੇ ਪੰਜਾਬੀ ਪੜ੍ਹਨੀ ਸਿੱਖੀ ਹੋਈ ਸੀ ਬਚਪਨ ਦੇ ਵਿੱਚ, ਉਦੋਂ ਤੋਂ ਅਖਬਾਰਾਂ ਦੇ ਵਿੱਚ ਅੱਧੇ ਅੱਧੇ ਸਫ਼ੇ ਦੇ ਇਹਨਾਂ ਦੇ ਲੇਖ ਜਿਹੜੇ ਉਹ ਛਪਦੇ ਹੁੰਦੇ ਸੀ, ਅਤੇ ਪੰਜਾਬੀ ਭਾਸ਼ਾ ਦੇ ਉੱਤੇ ਮੁਹਾਰਤ ਤੁਸੀਂ ਉਹਨਾਂ ਦੀ ਦੇਖ ਲਈ ਹੈ, ਅਤੇ ਕੋਸ਼ਿਸ਼ ਜ਼ਰੂਰ ਕਰਿਓ 5-7 ਦਿਨਾਂ ਦੇ ਵਿੱਚ ਹੀ ਸੰਦੀਪ ਭੁੱਲ ਨਾ ਜਾਵੇ, ਜੜ ਤੱਕ ਜਾਣ ਦੀ ਲੋੜ ਹੈ। ਇਹ ਕਬੱਡੀ ਨਹੀਂ, ਪੰਜਾਬ ਦੀ ਜਵਾਨੀ, ਪੰਜਾਬ, ਸਾਡੀ ਸੁਰੱਖਿਆ, ਸਾਡਾ ਅਮਨ ਕਾਨੂੰਨ, ਸਾਡੀ ਮਨੁੱਖਤਾ, ਸਾਰਿਆਂ ਨੂੰ ਬਚਾਉਣ ਦੀ ਲੋੜ ਹੈ। ਤੁਹਾਡੀਆਂ ਟਿੱਪਣੀਆਂ ਜਿਹੜੀਆਂ ਉਹਨਾਂ ਦਾ ਇੰਤਜ਼ਾਰ ਰਹੇਗਾ। ਕੋਈ ਹੋਰ ਵਿਸ਼ਾ ਖੇਡਾਂ ਦੇ ਨਾਲ ਸੰਬੰਧਿਤ ਤੁਸੀਂ ਚਾਹੁੰਦੇ ਹੋ ਕਿ ਅਸੀਂ ਪ੍ਰਿੰਸੀਪਲ ਸਰਵਨ ਸਿੰਘ ਹੋਰਾਂ ਦੇ ਨਾਲ ਸਾਂਝਾ ਕਰੀਏ, ਕੋਈ ਪੁਰਾਣਾ ਕਿੱਸਾ ਕਬੱਡੀ ਦਾ, ਕੁਸ਼ਤੀ ਦਾ ਕੋਈ ਤੁਸੀਂ ਚਾਹੁੰਦੇ ਹੋ ਟਿੱਪਣੀ ਜ਼ਰੂਰ ਕਰ ਦਿਓ, ਅਸੀਂ ਪ੍ਰੋਗਰਾਮ ਕਰ ਲਾਂਗੇ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆ ਗਿਆ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।